newsnumber.com ਨਾਲ ਜੁੜੇ ਸਾਰੇ ਤਮਾਮ ਦੋਸਤਾਂ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਦੋਸਤੋ, ਤੁਹਾਨੂੰ ਸਾਰਿਆਂ ਨੂੰ ਬਿੱਟੂ ਚੱਕ ਵਾਲੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਜਾਣਦੇ ਹੋ ਦੋਸਤੋ, ਇਸ ਪ੍ਰੋਗਰਾਮ ਦੇ ਤਹਿਤ ਅਸੀਂ ਤੁਹਾਨੂੰ ਪੰਜਾਬ ਦੇ ਕਲਾਕਾਰਾਂ ਨੂੰ ਮਿਲਾਉਂਦੇ ਆ ਰਹੇ ਹਾਂ, ਗੀਤਕਾਰਾਂ ਨੂੰ, ਸਾਹਿਤਕਾਰਾਂ ਨੂੰ, ਪੰਜਾਬ ਦੇ ਹਿਤੈਸ਼ੀਆਂ ਨੂੰ ਮਿਲਾਉਂਦੇ ਆ ਰਹੇ ਹਾਂ। ਅੱਜ ਦੋਸਤੋ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਪੰਜਾਬ ਦੀ ਇੱਕੋ ਚੋਟੀ ਦੀ ਸ਼ਖਸੀਅਤ, ਜਿਸ ਨੇ ਆਪਣੇ ਸ਼ਬਦਾਂ ਦੇ ਨਾਲ ਪੂਰੇ ਪੰਜਾਬੀਆਂ ਅਤੇ ਖਾਸ ਕਰਕੇ ਨੌਜਵਾਨਾਂ ਦੇ ਦਿਲਾਂ 'ਤੇ ਰਾਜ ਕੀਤਾ। ਉਹਨਾਂ ਦੀ ਕਲਮ ਨੇ, ਉਹਨਾਂ ਦੇ ਲੇਖਣੀ ਨੇ, ਉਹਨਾਂ ਦੇ ਸ਼ਬਦਾਂ ਨੇ ਐਨ ਨੌਜਵਾਨਾਂ ਦੇ ਉੱਪਰ ਧੌਰ ਅੰਦਰ ਤੱਕ ਅਸਰ ਕੀਤਾ। ਜੀ ਹਾਂ, ਮੈਂ ਤੁਹਾਨੂੰ ਅੱਜ ਮਿਲਾਉਣ ਜਾ ਰਿਹਾ ਪੰਜਾਬ ਦੀ ਉੱਘੀ ਕਲਮ ਕੁੰਡਾ ਧਾਲੀਵਾਲ ਜੀ ਦੇ ਨਾਲ। ਕੁੰਡਾ ਧਾਲੀਵਾਲ ਜੀ ਦੀ ਲੇਖਣੀ, ਜਿੱਥੇ ਉਹਨਾਂ ਦੀ ਅੰਦਰੂਨੀ ਸ਼ਬਦਾਵਲੀ, ਉਹਨਾਂ ਦੀ ਕਹਿਣੀ ਅਤੇ ਕਰਨੀ, ਉਹਨਾਂ ਦੇ ਜ਼ਿੰਦਗੀ ਦੇ ਅੰਦਾਜ਼ ਨੂੰ ਬਿਆਨ ਕਰਦੀ ਹੈ, ਉੱਥੇ ਨਾਲ ਦੀ ਨਾਲ ਨੌਜਵਾਨਾਂ ਦੇ ਵਿੱਚ ਇੱਕ ਨਵੀਂ ਰੂਹ ਫੂਕਣ ਦਾ ਜਜ਼ਬਾ ਵੀ ਰੱਖਦੀ ਹੈ। ਦੋਸਤੋ, ਅੱਜ ਅਸੀਂ ਕੁੰਡਾ ਧਾਲੀਵਾਲ ਜੀ ਦੇ ਨਗਰ ਚੌਂਕੀ ਮਾਨ ਦੇ ਵਿੱਚ ਪਹੁੰਚੇ ਹਾਂ। ਉਹਨਾਂ ਦੇ ਨਾਲ ਕਰਾਂਗੇ ਉਹਨਾਂ ਦੇ ਜੀਵਨ ਦੇ ਬਾਰੇ ਗੱਲਾਂ ਬਾਤਾਂ, ਅਤੇ ਅੱਜ ਕੁੰਡਾ ਧਾਲੀਵਾਲ ਜੀ ਆਪਣੀ ਜ਼ਿੰਦਗੀ ਬਾਰੇ newsnumber.com ਦੇ ਨਾਲ ਕਰਨਗੇ ਢੇਰ ਸਾਰੀਆਂ ਗੱਲਾਂ ਬਾਤਾਂ। ਧਾਲੀਵਾਲ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ newsnumber.com 'ਤੇ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ, ਅਤੇ ਤੁਸੀਂ ਸਾਨੂੰ ਅੱਜ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਦਿੱਤਾ, ਅਤੇ ਕਿਉਂਕਿ ਤੁਹਾਡਾ ਜ਼ਿੰਦਗੀ ਦੇ ਰੁਝੇਵਿਆਂ ਭਰਿਆ ਜੀਵਨ ਹੈ, ਅਤੇ ਫਿਰ ਵੀ newsnumber.com ਨਾਲ ਅੱਜ ਤੁਸੀਂ ਬੈਠੇ ਹੋ, ਅਸੀਂ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ। ਧੰਨਵਾਦ ਜੀ ਤੁਹਾਡਾ ਵੀ ਬਿੱਟੂ, ਅਤੇ ਖਾਸ ਕਰਕੇ ਉਹਨਾਂ ਸਰੋਤਿਆਂ ਦਾ ਜੋ ਮੈਨੂੰ ਇਸ ਚੈਨਲ 'ਤੇ ਸੁਣ ਰਹੇ ਨੇ, ਸਾਡੀ ਗੱਲਬਾਤ ਨੂੰ, ਮੁਜ਼ਾਕਰਾਤ ਨੂੰ ਸੁਣ ਰਹੇ ਨੇ, ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਅਤੇ ਤੁਹਾਡੀ ਸਾਰੀ ਟੀਮ ਦਾ ਵੀ ਧੰਨਵਾਦ ਕਰਦਾ। ਧਾਲੀਵਾਲ ਸਾਹਿਬ, ਜਿਸ ਤਰ੍ਹਾਂ ਕਹਿੰਦੇ ਹੁੰਦੇ ਨੇ ਕਿ ਜਿਹੋ ਜਿਹਾ ਬੰਦਾ ਅੰਦਰੋਂ, ਉਹੋ ਜਿਹੀ ਉਹਦੇ ਕੰਮ ਕਾਰ ਅਤੇ ਗੁਣ ਔਗੁਣ ਸਾਹਮਣੇ ਆਉਂਦੇ ਨੇ। ਜਦੋਂ ਤੁਹਾਡੇ ਬਾਰੇ ਪਹਿਲਾਂ ਮੈਂ ਸੁਣਦਾ ਹੁੰਦਾ ਸੀ ਕਿ ਕੁੰਡਾ ਧਾਲੀਵਾਲ ਇੱਕ ਲੇਖਕ ਹੈ, ਤਾਂ ਮੇਰੇ ਮਨ ਦੇ ਵਿੱਚ ਇੱਕ ਨੌਜਵਾਨ ਬੰਦੇ ਦੀ ਤਸਵੀਰ ਸਾਹਮਣੇ ਆਉਂਦੀ ਸੀ ਕਿ ਜਿਹੜੇ ਸ਼ਬਦ ਨੇ ਇੱਕ ਜਵਾਨ ਦੇ ਲਿਖੇ ਹੋਏ ਨੇ, ਪਰ ਜਦੋਂ ਮਿਲੇ ਤੁਹਾਨੂੰ ਤਾਂ ਪਤਾ ਲੱਗਾ ਕਿ ਕੁੰਡਾ ਧਾਲੀਵਾਲ ਉਸ ਤੋਂ ਅਗਲੀ ਉਮਰ ਦੇ ਵਿੱਚ ਨੇ। ਅਜਿਹਾ ਕਿੱਥੋਂ ਜਜ਼ਬਾ ਜਿਹੜਾ ਤੁਹਾਡੇ ਅੰਦਰ ਆਉਂਦਾ ਕਿ ਤੁਸੀਂ ਜੋ ਵੀ ਲਿਖਦੇ ਹੋ ਪੰਜਾਬ ਦੇ ਗੱਭਰੂਆਂ ਨੂੰ ਐਨ ਪਿਆਂ ਨੂੰ ਖੜ੍ਹੇ ਕਰਨ ਵਾਲੀ ਗੱਲ ਕਰਦੇ ਹੋ? ਇਹ ਨਾ ਬਿੱਟੂ ਸਵਾਲ ਮੇਰੇ 'ਤੇ ਤੂੰ ਕੀਤਾ, ਪੰਜਾਬ ਦੇ ਜਿੱਥੇ ਮੈਂ ਬਾਹਰ ਕਿਤੇ ਜਾਂਦਾ, ਸ਼ੋਆਂ 'ਤੇ ਗਏ, ਚੰਡੀਗੜ੍ਹ ਗਏ, ਮਾਲਵੇ ਦੇ ਵੱਖ ਵੱਖ ਖਿੱਤਿਆਂ ਜਾਂਦਾ, ਉੱਥੇ ਨੌਜਵਾਨ ਵੀ ਮੇਰੇ ਨਾਲ ਇਹ ਸਵਾਲ ਕਰਦੇ ਆ, ਅਤੇ ਮੈਂ ਫਿਰ ਜਦੋਂ ਸਵਾਲ ਕਰਦੇ ਆ ਫਿਰ ਮੈਂ ਸਮਝਣ ਦੀ ਕੋਸ਼ਿਸ਼ ਕਰਦਾ ਵੀ ਇਹ ਗੱਲ ਸਹੀ ਕਹਿੰਦੇ ਆ, ਵੀ ਫਿਰ ਮੈਂ ਵਿਚਾਰ ਕਰਦਾ ਵੀ ਇਹ ਕੀ ਚੀਜ਼ ਕੀ ਹੈ। ਸ਼ਾਇਰ ਨੂੰ ਇੱਕ ਸ਼ਾਇਰੀ ਹੈ, ਉਹ ਗੋਡ ਗਿਫਟ ਸਾਰੇ ਮੰਨਦੇ ਆ ਵੀ ਗੋਡ ਗਿਫਟ ਹੈ, ਮੈਂ ਕਹਿੰਦਾ ਵੀ ਮੈਨੂੰ ਦੋ ਗੋਡ ਗਿਫਟ ਮਿਲੇ ਆ, ਇੱਕ ਤਾਂ ਸ਼ਾਇਰੀ ਦਾ ਮਿਲਿਆ ਹੈ, ਇੱਕ ਸਦਾ ਬਹਾਰ ਰਹਿਣ ਦਾ, ਹਰ ਵੇਲੇ ਨੌਜਵਾਨ ਰਹਿਣ ਦਾ। ਅਤੇ ਮੈਨੂੰ ਆਪ ਵੀ ਲੱਗਦਾ ਵੀ ਮੇਰੀ ਨਾ ਉਮਰ ਦੇਖਣ ਵਾਲੀ ਤਾਂ ਲੱਗਦੀ ਹੈ, ਜੇ ਸ਼ੀਸ਼ਾ ਦੇਖਦਾ ਉਦੋਂ ਤਾਂ ਮੈਂ 60-65 ਸਾਲ ਦਾ ਲੱਗਦਾ, ਅਤੇ ਜਦੋਂ ਮੈਂ ਕਲਮ ਚੱਕ ਕੇ ਰਾਈਟਿੰਗ ਟੇਬਲ 'ਤੇ ਬਹਿ ਕੇ ਉਹਨੂੰ ਕਾਗਜ਼ ਦੀ ਛਿੱਕ 'ਤੇ ਚਲਾਉਣਾ, ਉਦੋਂ ਮੈਨੂੰ ਲੱਗਦਾ ਵੀ 23-24 ਸਾਲ ਦਾ ਹੀ ਹਾਂ ਮੈਂ ਤਾਂ, ਔਰ ਮੇਰੇ ਖਿਆਲ ਵੀ ਉਹੋ ਜਿਹੇ ਹੀ ਹੈ, ਔਰ ਘਰ ਵੀ ਮੇਰੇ ਬੱਚੇ ਨੇ ਗੱਭਰੂ ਹੋ ਗਏ 40 ਦਾ, 38 ਦਾ, ਉਹ ਤਾਂ ਗੱਲ ਮਚਿਓਰ ਬੰਦਿਆਂ ਵਾਲੀ ਕਰਨ ਲੱਗ ਗਏ, ਮੈਨੂੰ ਤਾਂ ਉਹ ਔੜਦੀ ਨਹੀਂ ਹੈ। ਇੱਕ ਤਾਂ ਮੈਂ ਇੰਨਾ ਮਗਨ ਲੀਨ ਰਹਿੰਦਾ, ਜਨੂਨ ਆ ਮੈਨੂੰ ਲਿਖਣ ਦਾ, ਇਸ ਕਰਕੇ ਬੇਸ਼ੁਮਾਰ ਗੀਤ ਲਿਖਦਾ ਰਹਿੰਦਾ, ਉੱਧਰ ਧਿਆਨ ਰਹਿੰਦਾ ਜਾਂ ਇਹਨਾਂ ਨਾਲ ਜੋ ਕੰਮ ਕਰਾਉਣਾ ਉਹ ਰਹਿੰਦਾ, ਇਸ ਕਰਕੇ ਮੈਨੂੰ ਉਹ ਲੱਗਦਾ ਵੀ ਮੈਂ ਫਿਜ਼ੀਕਲੀ ਤਾਂ ਚਾਹੇ ਮੈਨੂੰ ਲੱਗਦਾ ਬੁੜਾ, ਦਿਮਾਗੀ ਤੌਰ 'ਤੇ, ਜਜ਼ਬਾਤੀ ਤੌਰ 'ਤੇ ਤਾਂ ਮੈਂ ਹਲੇ 23-24 ਸਾਲ ਦਾ ਹੀ ਹਾਂ, ਔਰ ਮਾਲਕ ਤੋਂ ਮੰਗਦਾ ਵੀ ਮੈਨੂੰ ਆਈ ਰੱਖੀ। ਜੀ ਵਾਹ ਜੀ ਵਾਹ। ਅੱਛਾ ਧਾਲੀਵਾਲ ਸਾਹਿਬ, ਉਸ ਤੋਂ ਪਹਿਲਾਂ ਕਿ ਆਪਾਂ ਤੁਹਾਡੀ ਲੇਖਣੀ ਬਾਰੇ ਹੋਰ ਅੱਗੇ ਗੱਲਾਂ ਬਾਤਾਂ ਕਰੀਏ, ਥੋੜ੍ਹਾ ਜਿਹਾ ਤੁਹਾਡੇ ਪਰਿਵਾਰ ਬਾਰੇ ਅਤੇ ਪਰਿਵਾਰਕ ਪਿਛੋਕੜ ਬਾਰੇ ਤੁਹਾਡੇ ਚਾਹੁਣ ਵਾਲੇ ਦਰਸ਼ਕਾਂ ਨੂੰ ਥੋੜ੍ਹਾ ਚਾਨਣਾ ਪਾ ਦਿਓ। ਪਰਿਵਾਰ ਤਾਂ ਜਵਾਨਾਂ ਵੀ ਮੈਂ, ਮੇਰੇ ਫਾਦਰ ਸਾਹਿਬ ਬਹੁਤ ਚੰਗੇ ਇਨਸਾਨ, ਜਿਹਨਾਂ ਦਾ ਬੜਾ ਰਸੂਖ ਸੀ ਪਿੰਡ 'ਚ, ਨੰਬਰਦਾਰ ਸਰਦਾਰ ਨਛੱਤਰ ਸਿੰਘ ਧਾਲੀਵਾਲ, ਉਹਨਾਂ ਦਾ ਮੰਝਲਾ ਲੜਕਾ ਮੈਂ, 4 ਭਰਾ ਸੀ ਅਸੀਂ, 1 ਭੈਣ ਸੀ, ਅਤੇ ਹੁਣ ਮੈਂ ਖੇਤ ਵਿੱਚ ਘਰ ਪਾ ਕੇ ਰਹਿੰਦਾ, ਸ਼ਾਦੀਸ਼ੁਦਾ ਬੰਦਾ, 2 ਮੇਰੇ ਲੜਕੇ ਨੇ, ਅਤੇ ਦੋਨੇ ਸ਼ਾਦੀਸ਼ੁਦਾ ਨੇ, ਉਹਨਾਂ ਦੇ ਬੱਚੇ ਪੋਤੇ ਪੋਤੀਆਂ ਦੇ ਨਾਲ ਬੜਾ ਖੇਤ ਵਿੱਚ ਪਾ ਲਈ ਕੋਠੀ, ਕਬੂਤਰ ਰੱਖ ਲਏ, ਕੁੱਤੇ ਰੱਖ ਲਏ, ਅਤੇ ਨਾਲੇ ਮੈਂ ਗੀਤ ਲਿਖਦਾ ਅਤੇ ਮੁੰਡੇ ਤੁਹਾਡੇ ਵਰਗੇ ਮਿਲਣ ਨੂੰ ਆਉਂਦੇ ਰਹਿੰਦੇ ਆ, ਜੀ ਲੱਗਿਆ ਅਤੇ ਬੱਲੇ ਬੱਲੇ ਆ, ਮਾਲਕ ਦੀ ਬਹੁਤ ਕਿਰਪਾ ਹੈ ਮੇਰੇ 'ਤੇ। ਅੱਛਾ, ਤੁਸੀਂ ਲੇਖਣੀ ਵੱਲ ਕਿਵੇਂ ਆਏ, ਅਤੇ ਜਿਸ ਤਰ੍ਹਾਂ ਕਹਿੰਦੇ ਹੁੰਦੇ ਨਾ ਆਪਾਂ ਸ਼ੁਰੂਆਤ ਕੀਤੀ ਤਾਂ ਮੈਂ ਆਹ ਘਟਨਾ ਸੀ ਜਾਂ ਆਹ ਗੱਲਬਾਤ ਹੋਈ ਉੱਥੋਂ ਮੈਂ ਅੱਗੇ ਲਿਖਣਾ ਸ਼ੁਰੂ ਕੀਤਾ, ਕੋਈ ਅਜਿਹਾ ਖਾਸ ਮਕਸਦ ਜਿਹਨੂੰ ਲਿਖ ਕੇ ਤੁਸੀਂ ਲਿਖਣ ਲੱਗੇ ਹੋ? ਮਕਸਦ ਨਹੀਂ, ਮੈਂ ਸਮਝਦਾ ਹੈ, ਜਦੋਂ ਸ਼ਾਇਰ ਦਾ ਜਨਮ ਹੁੰਦਾ, ਸ਼ਾਇਰੀ ਵੀ ਜਿਹੜੀ ਉਹ ਗੋਡ ਗਿਫਟ ਆ, ਨਾਲ ਹੀ ਜਨਮ ਲੈ ਲੈਂਦੀ ਹੈ, ਕੁਦਰਤ ਦਾ ਡਿਊਟੀ ਹੈ, ਕੁਦਰਤ ਕਰਦੀ ਹੈ, ਕੋਈ ਜਿੱਥੇ ਉਹ ਜਨਮ ਲੈਂਦਾ ਉਹਦੇ ਆਲੇ ਦੁਆਲੇ ਦਾ ਵਾਤਾਵਰਨ ਰੰਗਿਆ ਹੁੰਦਾ ਉਸ ਰੰਗ ਦੇ ਵਿੱਚ। ਮੈਂ 9-10 ਸਾਲ ਦੀ ਉਮਰ ਸੀ ਜਦੋਂ ਮੈਂ, ਜਿੱਥੇ ਮੇਰੇ ਆਪਦੇ ਘਰ ਮੇਰੇ ਬ੍ਰਦਰ ਸੀ ਵੱਡਾ ਇੱਕ, ਉਹ ਕਿੱਸੇ ਪੜ੍ਹਦੇ ਹੁੰਦੇ ਸੀ, ਲੋਕਾਂ ਨੂੰ ਸੁਣਾਉਂਦੇ ਹੁੰਦੇ ਸੀ, ਮੇਰੀ ਡਿਊਟੀ ਸੀ ਉਹਨਾਂ ਕਿੱਸਿਆਂ ਨੂੰ ਸਾਂਭ ਕੇ ਰੱਖਣਾ, ਜਦੋਂ ਸੱਜਣਾ ਵੀ ਰਾਣੀ ਰੂਪਚੰਦ ਰਾਣੀ ਇੰਦਵਤੀ ਦਾ ਲੈ ਗਿਆ, ਰਾਜਾ ਰੂਪਚੰਦ ਰਾਣੀ ਇੰਦਵਤੀ ਦਾ ਕਿੱਸਾ ਲਿਆ, ਦਹੂਦ ਪਾਤਸ਼ਾਹ ਦਾ ਲਿਆ, ਕੇਸਰਾ ਪਾਤਸ਼ਾਹੀ ਦਾ ਲਿਆ, ਰੂਪ ਸੰਤ ਜਾਨੀ ਚੋਰ, ਮੈਂ 9 ਸਾਲ ਦੀ ਉਮਰ 'ਚ ਪੜ੍ਹਨ ਲੱਗ ਗਿਆ ਸੀ, ਔਰ ਉਹ ਬਹੁਤ ਰੱਜ ਕੇ ਪੜ੍ਹੇ, ਹੁਣ ਵੀ ਮੈਂ ਉਹ ਪੁਰਾਣੇ ਮੰਗਾ ਕੇ ਰੱਖੇ ਨੇ, ਬੜੀ ਦੂਰੋਂ ਦੂਰੋਂ ਵੀ, ਪਾਕਿਸਤਾਨ 'ਚੋਂ ਵੀ ਮੈਂ 2 ਕਿੱਸੇ ਮੰਗਾਏ, ਅਤੇ ਉਹਨਾਂ ਨੂੰ ਪੜ੍ਹਦਾ, ਪੜ੍ਹ ਕੇ ਸਮਝ ਕੇ ਫਿਰ ਮੈਂ ਉਹ ਗੱਲ ਲਿਖਦਾ, ਇਸ ਕਰਕੇ ਮੇਰੇ ਅੰਦਰ ਹੀ ਸੀ ਕੋਈ ਚੀਜ਼, ਉਹ
ਪਰ ਬੜਾ ਕੋਸ਼ਿਸ਼ ਬੜੀ ਕੀਤੀ ਵੀ ਮੈਂ ਰਾਈਟਰ ਬਣਾਂ, ਲਿਖਦਾ ਵੀ ਰਿਹਾ, ਪਰ ਕਹਿੰਦੇ ਹੁੰਦੇ ਆ ਵਕਤ ਤੋਂ ਪਹਿਲਾਂ ਕਿਸਮਤ ਤੋਂ ਬਾਹਰ ਕਿਤੇ ਨੂੰ ਕੁਛ ਨਹੀਂ ਮਿਲਦਾ। ਇਹ ਬਹੁਤ ਵੱਡੀ ਸੱਚਾਈ ਹੈ, ਮੇਰੇ ਨਾਲ ਵੀ ਐਵੇਂ ਹੋਈ, ਹਾਲਾਤ ਹੀ ਹਾਲਾਤ ਨੇ ਸਾਥ ਨਹੀਂ ਦਿੱਤਾ। ਇਹ ਉਦੋਂ ਲਿਖ ਹੁੰਦੀ ਹੈ ਸ਼ਾਇਰੀ ਜਦੋਂ ਬੰਦਾ ਨਾ ਕਾਟੋ ਫੁੱਲਾਂ 'ਤੇ ਖੇਡਦੀ ਹੋਵੇ, ਕਾਟੋ ਫੁੱਲਾਂ 'ਤੇ ਖੇਡਦੀ ਹੈ ਵੀ ਉਹਨੂੰ ਕੋਈ ਪਰੇਸ਼ਾਨੀ ਨਾ ਹੋਵੇ, ਜੇਬ 'ਚ ਪੈਸੇ ਵੀ ਹੋਣ, ਜੇ ਕੋਈ ਇਹੋ ਜਿਹੀ ਗੱਲਬਾਤ ਹੋ ਜਾਵੇ ਸ਼ੁਰੂ ਸ਼ੁਰੂ ਵਿੱਚ ਪੈਸੇ ਮੁੱਕ ਜਾਣ ਜੇਬ 'ਚੋਂ, ਉਹ ਅਕਲ ਤਾਂ ਊਂ ਨਹੀਂ ਕੰਮ ਕਰਦੀ ਤਾਂ ਗੀਤ ਕਿੱਥੋਂ ਲਿਖ ਲੂ। ਇਹੀ ਜੀ ਮੇਰੇ ਨਾਲ ਕੋਈ ਗੱਲਬਾਤ ਹੋਈ, ਬੜਾ ਸਮਾਂ ਜਦੋਂ ਜਾਇਦ ਕਰੀ ਗਿਆ ਛੱਡਿਆ ਨਹੀਂ ਖਹਿੜਾ, ਫਿਰ ਛੱਡ ਵੀ ਦਿੱਤਾ ਅਤੇ ਕੁਦਰਤ ਮੈਨੂੰ ਪੱਟ ਕੇ ਚੌਕੀ ਮਾਨ ਤੋਂ ਅਣਜਲ ਮੇਰਾ ਮੈਨੂੰ ਥਰੀਕੇ ਲੈ ਗਿਆ। ਉੱਥੇ ਜਿਹੜਾ ਘਰ ਮੈਂ ਲਿਆ ਪਹਿਲਾਂ ਕਿਰਾਏ 'ਤੇ ਰਿਹਾ, ਫਿਰ ਮੁੱਲ ਕੋਠੀ ਲਈ, ਤਾਂ ਉਹ ਦੇਵ ਥਰੀਕੇ ਜੀ ਮੇਰੇ, ਮੈਂ ਉਹਨਾਂ ਨੂੰ ਗੁਰੂ ਮੰਨਦਾ, ਉਹਨਾਂ ਦੇ ਗੇਟ ਨੂੰ ਗੇਟ ਸਾਹਮਣਾ, ਅਤੇ ਉਹ ਮੈਂ ਉਹਨਾਂ ਦਾ ਫੈਨ ਸੀ, ਉਹਨਾਂ ਕੋਲ ਬਹਿਣ ਲੱਗ ਗਿਆ। ਮੈਨੂੰ ਉਹਨਾਂ ਨੇ ਕਿਹਾ, ਕਹਿੰਦੇ ਜੇ ਤੂੰ ਤਾਂ ਲਿਖਦਾ ਹੁੰਦਾ ਸੀ ਪਹਿਲਾਂ, ਹੱਠ ਉੱਠ ਗਿਆ। ਮੈਂ ਕਿਹਾ ਜੀ, ਕਹਿੰਦੇ ਹੁਣ ਲਿਖਿਆ ਕਰ। ਮੈਂ ਕਿਹਾ ਜੀ ਹੁਣ ਤਾਂ ਉਮਰ ਨਹੀਂ ਗੀ। ਉਹ ਕਹਿੰਦੇ ਉਮਰ ਲਿਖ, ਇਹ ਕਿਤੇ ਬੱਚਿਆਂ ਦਾ ਕੰਮ ਆ, ਇਹ ਸਿਆਣੇ ਬੰਦੇ ਦਾ ਕੰਮ ਆ, ਸਿਆਣਾ ਬੰਦਾ ਸਿਆਣੀ ਲਿਖੇਗਾ, ਤੂੰ ਲਿਖਿਆ ਕਰ, ਮੈਂ ਤੇਰੀ ਮਦਦ ਕਰੂੰਗਾ ਲਿਖਿਆ ਕਰ। ਉਹਨਾਂ ਨੇ ਮੈਨੂੰ ਇਹੋ ਜਿਹਾ ਉਤਸ਼ਾਹ ਦਿੱਤਾ, ਮੈਂ ਲਿਖਣ ਲੱਗ ਗਿਆ। ਫਿਰ ਮੈਨੂੰ ਉਹ ਲਿਖਣ ਨੂੰ ਜਦੋਂ ਮੈਂ ਲਿਖਣ ਲੱਗਿਆ ਸੁਣਾਇਆ, ਉਹ ਕਹਿੰਦੇ ਤੇਰੇ ਮੇਰੇ 'ਚ ਕੋਈ ਫਰਕ ਨਹੀਂ ਹੈ। ਦੇਵ ਸਾਹਿਬ ਦੇ ਬਚਨ ਨੇ ਵੀ ਕਹਿੰਦੇ ਤੇਰੇ ਮੇਰੇ 'ਚ ਕੋਈ ਫਰਕ ਨਹੀਂ। ਮੈਂ ਕਿਹਾ ਜੀ ਅੱਜ ਦੀ ਨੌਜਵਾਨਾਂ ਨੂੰ ਪਸੰਦ ਕਰਾਉਣਾ ਕਿਤੇ ਸੌਖਾ ਨਹੀਂ, ਮੈਥੋਂ ਇਹ ਉਹ ਕਾਬਲੀਅਤ ਮੇਰੇ 'ਚ ਲੱਗਦਾ ਹੈ ਨਹੀਂ ਵੀ ਜਿਹੜਾ ਮੈਂ ਗੀਤ ਤਾਂ ਲਿਖ ਲੂੰਗਾ, ਵੀ ਇਹਨਾਂ ਨੌਜਵਾਨਾਂ ਨੂੰ ਪਸੰਦ ਵੀ ਕਰਾਉਣੇ ਆ ਨਾ। ਉੱਥੇ ਦਿਲਜੀਤ ਧੂੜਕੋਟੀ ਸੀਗਾ, ਉਹ ਕਹਿੰਦੇ ਇਸ ਗੱਲ ਦੀ ਮੈਂ ਗਰੰਟੀ ਕਰਦਾ ਕੁੰਡਾ ਸਿੰਘ, ਮੈਂ ਤਾਂ 2 ਸਾਲ ਵੱਡੀ ਸੀ, ਉਹ ਸੁਰਗਾਸੀ ਹੋ ਗਏ, ਉਹ ਬੜੇ ਅੱਛੇ ਆਦਮੀ। ਉਹਨਾਂ ਨੇ ਕਿਹਾ ਕਹਿੰਦੇ ਵੀ ਮੈਂ ਤੇਰੀ ਗਰੰਟੀ ਕਰਦਾ, ਕੋਈ ਪੰਜਾਬ ਦਾ ਗੀਤਕਾਰ ਤੇਰੀ ਉਮਰ 'ਚ ਗੀਤ ਨੌਜਵਾਨਾਂ ਨੂੰ ਪਸੰਦ ਨਹੀਂ ਕਰਾ ਸਕਦਾ। ਕੁੰਡਾ ਸਿੰਘ ਧਾਲੀਵਾਲ ਕਰਾ ਸਕਦਾ, ਥਾਪੀ ਮੈਨੂੰ ਦੇ ਦਿੱਤੀ, ਕਹਿੰਦੇ ਚੱਕ ਲਾ ਕਲਮ ਬੱਲੇ ਬੱਲੇ ਕਰਾ ਦੇਗਾ। ਵਾ ਉਦੋਂ ਮੇਰੇ 'ਚ ਪਤਾ ਨਹੀਂ ਉਹਨਾਂ ਨੇ ਕੀ ਭਰਤਾ, ਦਲਜੀਤ ਧੂੜਕੋਟੀ, ਮੈਂ ਉਹਨਾਂ ਨੂੰ ਯਾਦ ਕਰਦਾ। ਅਤੇ ਫਿਰ ਜਦੋਂ ਲਿਖਿਆ ਅਤੇ ਲਿਖ ਕੇ ਸੁਣਾਇਆ, ਫਿਰ ਮੈਨੂੰ ਉਹਨਾਂ ਨੇ ਕਿਹਾ, ਦਲਜੀਤ ਧੂੜ ਪੁੱਛਿਆ, ਮੈਂ ਵੀ ਲਿਖਣ ਤਾਂ ਲੱਗ ਗਿਆ, ਗੁਰੂ ਸਾਹਿਬ ਕਹਿੰਦੇ ਵਧੀਆ ਦੇਵ ਜੀ ਕਹਿੰਦੇ, ਉਹ ਕਹਿੰਦਾ ਹੁਣ ਨਿੱਕੇ ਮੋਟੇ ਤੋਂ ਨਾ ਕਰਾ, ਹੁਣ ਬਾਰਸ ਕੋਲੇ ਚੱਲ। ਬਾਰਸ ਕੋਲੇ ਗਿਆ, ਜਦੋਂ ਜਿਹਾ ਤਾਂ ਕਰਨੀ ਪਈ, ਅਤੇ ਬਾਰਸ ਨੂੰ ਵੀ ਇਹੀ ਕਿਹਾ ਫੋਨ ਦੇ ਉੱਤੇ, ਉਹ ਕਹਿੰਦਾ ਜੀ ਮਨਮੋਹਨ ਬਾਰਸ ਨੇ ਕਿਹਾ ਮੈਨੂੰ, ਆਖੇ ਜੀ ਭੁੱਖ ਲੱਗੀ ਹੋਵੇ ਰੋਟੀ ਫੇਰ ਹੀ ਸਵਾਦ ਲੱਗਦੀ ਹੈ, ਸਾਡੇ ਕੋਈ ਰਾਈਟਰ ਹੈਗੇ ਨੇ। ਮੈਂ ਜਿਹੜੇ ਬੰਦੇ ਤੋਂ ਉਹਨਾਂ ਨੂੰ ਸਿਫਾਰਿਸ਼ ਕਰਾਈ, ਸੀਨੀਅਰ ਰਾਈਟਰ ਸੀ, ਉਹ ਕਹਿੰਦੇ ਮਨਮੋਹਨ ਸਿੰਘ ਆ ਜਿਹੜਾ ਮੈਂ ਰਾਈਟਰ ਤੇਰੇ ਕੋਲ ਭੇਜਦਾ, ਜੋ ਚੀਜ਼ ਲਿਖਦਾ ਤੂੰ 2-4 ਹੀ ਗਾਏ ਆ ਉਹ ਜਿਹੇ ਸ਼ਬਦ, ਇਹ ਉਹ ਚੀਜ਼ ਨਹੀਂ ਹੈ, ਬਹੁਤ ਵਧੀਆ ਵਾ, ਮੈਂ ਕਿਸੇ ਹੋਰ ਕੋਲ ਭੇਜ ਦੇਣਾ। ਕਹਿੰਦਾ ਜੀ ਫਿਰ 8 ਤਰੀਕ ਨੂੰ 2010 ਵਿੱਚ ਮੋਗੇ ਸਾਡਾ ਬੁੱਗੀ ਬੜਾ ਚੌਂਕ ਸ਼ੋਅ ਆ, ਕੁੰਡਾ ਸਿੰਘ ਧਾਲੀਵਾਲ ਨੂੰ ਉੱਥੇ ਭੇਜ ਦਿਓ। ਉੱਥੇ ਮੈਂ ਮਿਲਿਆ ਬਾਅਦ ਨੂੰ ਪੁੱਛਿਆ ਵੀ ਵਾਕਿਆ ਜੀ ਮੈਂ ਉਹ ਚੀਜ਼ ਹਾਂ, ਕਹਿੰਦਾ ਜੀ ਕੋਈ ਸ਼ੱਕ ਨਹੀਂ ਅੰਕਲ ਜੀ ਉਹੀ ਚੀਜ਼ ਹੋ, ਹੁਣ ਤੁਹਾਨੂੰ ਰੱਜ ਕੇ ਗਾਵਾਂਗੇ, ਥੋੜੀਆਂ ਸੀਡੀਆਂ ਵੀ ਬਣਾਵਾਂਗੇ, ਵਿਰਸੇ 'ਚ ਗਾਵਾਂਗੇ, ਅਤੇ ਉਦੋਂ ਤੁਹਾਡੀ ਉਹਦੇ ਨਾਲ ਸ਼ੁਰੂਆਤ ਹੋਈ ਫਿਰ ਜੀ। ਅੱਛਾ, ਸਭ ਤੋਂ ਪਹਿਲਾਂ ਜਿਹੜਾ ਕਿਹੜਾ ਰੰਗ ਸੀ ਜਿਹੜਾ ਤੁਹਾਡਾ ਰਿਕਾਰਡ ਹੋਇਆ? ਪਹਿਲਾਂ 18 ਫਰਵਰੀ 2010 ਨੂੰ ਮਨਮੋਹਨ ਬਾਰਸ ਨੇ PTC ਅਵਾਰਡ ਫੰਕਸ਼ਨ ਦੇ ਵਿੱਚ ਮੈਥੋਂ ਕਹਿ ਕੇ ਫੋਨ 'ਤੇ ਕਹਿੰਦੇ ਜੀ ਥੋੜ੍ਹਾ ਹੀ ਵਿਰਸੇ 'ਚ ਕਰਨਾ ਸੀ ਰਿਕਾਰਡਿੰਗ, ਉਹ 8ਵੇਂ ਮਹੀਨੇ ਨਿਊਜ਼ੀਲੈਂਡ 'ਚ ਆਉਣਾ ਵਾ, ਪਰ ਸਾਡਾ ਪ੍ਰੋਗਰਾਮ ਬਣ ਗਿਆ 18 ਫਰਵਰੀ ਨੂੰ ਅਸੀਂ ਚੱਲੇ ਹਾਂ 22-23 ਨੂੰ, ਤੁਸੀਂ ਉਹ ਗੀਤ ਤਿਆਰ ਕਰੋ, ਯਾਰ ਜੁੱਤੀ ਦਾ ਜੁੱਤੀ ਨਾਲ ਲੋਟ ਆਉਂਦਾ ਭਾਵੇਂ ਅਜਮਾ ਕੇ ਦੇਖ ਲਓ। ਉਹ ਮਨਮੋਹਨ ਬਾਰਸ ਦੀ ਪਸੰਦ ਸੀ, ਫਿਰ ਉਹਨਾਂ ਨੇ ਮੈਨੂੰ PTC ਅਵਾਰਡ ਫੰਕਸ਼ਨ ਦੇ ਉੱਤੇ ਮਨਮੋਹਨ ਬਾਰਸ ਨੇ ਰਾਤ ਨੂੰ 2-2:30 ਵਜੇ ਉਹਨਾਂ ਦੀ ਵਾਰੀ ਆਈ ਅਤੇ ਉਹਨਾਂ ਨੇ ਗੀਤ ਸੁਣਾਇਆ, ਅਤੇ ਉਹ ਗੀਤ ਵਿੱਚ ਮੈਂ ਥਰੀਕੇ ਰਹਿੰਦਾ ਸੀ, ਕੁੰਡਾ ਧਾਲੀਵਾਲ ਵੀ ਥਰੀਕੇ 7 ਵਿੱਚੋਂ, ਇਹੀ ਜਿਹੀ ਕਰਕੇ ਮੈਂ ਉਹਨੂੰ ਲਿਖਿਆ ਸੀਗਾ। ਗੀਤ ਹਿੱਟ ਹੋਏ ਬਿਨਾਂ ਕੁੰਡਾ ਧਾਲੀਵਾਲ ਗੀਤਕਾਰ ਨਹੀਂ ਥਰੀਕੇ ਦਾ ਸਦਾਉਂਦਾ, ਭਾਵੇਂ ਅਜਮਾ ਕੇ ਦੇਖ ਲਓ ਯਾਰ ਜੁੱਤੀ ਦਾ ਜੁੱਤੀ ਨਾਲ ਲੋਟ ਆਉਂਦਾ, ਅਤੇ ਉਹ ਪਹਿਲਾਂ ਗਾਇਆ ਔਰ ਮਨਮੋਹਨ ਦੀ ਪਸੰਦ ਸੀ, ਲੋਕਾਂ ਨੇ ਵੀ ਪਸੰਦ ਕੀਤਾ। ਉਦਣ ਹੋਈ ਮੇਰੀ 18 ਫਰਵਰੀ 2010 ਨੂੰ ਸ਼ੁਰੂਆਤ, ਮੁੜ ਕੇ ਦੂਜੀ ਵਾਰੀ ਫੇਰ ਹੋਈ ਸ਼ਹਿਰ ਦੀ, ਔਰ ਲੋਕਾਂ ਨੇ ਤਾਂ ਸਿਰ 'ਤੇ ਬਿਠਾਇਆ, ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਧਾਲੀਵਾਲ ਸਾਹਿਬ, ਜਿਸ ਤਰ੍ਹਾਂ ਤੁਹਾਡਾ ਜਿਹੜਾ ਇੱਕ ਹੋਰ ਗੀਤ ਬੜਾ ਮਕਬੂਲ ਹੋਇਆ ਬਾਰਸ, ਉਹਨਾਂ ਨੇ ਗਾਇਆ ਫੇਰ ਦਿਲ ਗੱਭਰੂ ਦਾ ਉਡਜੂ ਕਰਦਾ, ਉਹਦੇ ਵਿੱਚ ਤੁਸੀਂ ਕਬੱਡੀ ਦੀ ਵੀ ਗੱਲ ਕੀਤੀ, ਨੌਜਵਾਨ ਦੇ ਮਨ ਦੀਆਂ ਭਾਵਨਾਵਾਂ ਦੀ ਗੱਲ ਕੀਤੀ, ਅਤੇ ਨਾਲ ਦੀ ਨਾਲ ਤੁਸੀਂ ਆਪ ਵੀ ਬਰਾਤ ਚੜ੍ਹੇ, ਅਤੇ ਉਹ ਗੀਤ ਬਾਰੇ ਥੋੜ੍ਹਾ ਦੱਸੋ ਕਿਵੇਂ ਹੋਂਦ ਵਿੱਚ ਹੈ? ਉਹ ਗੀਤ ਨਾਲ ਬੜੀ ਇੰਟਰਸਟਡ ਕਹਾਣੀ ਹੈ ਬਿੱਟੂ। ਮੈਂ ਨਾ ਜਦੋਂ ਮਿਲਦਾ ਸੀ ਕੰਪਨੀਆਂ ਨੂੰ ਮੇਰੇ ਗੀਤ ਰਿਕਾਰਡ ਕਰੋ, ਉਹਨਾਂ ਨੂੰ ਸੁਣਾਉਂਦਾ ਨਹੀਂ ਸੀ, 100-150 ਗੀਤ ਲਿਖ ਕੇ ਰੱਖਿਆ ਹੁੰਦਾ ਸੀ, ਆਹ ਲਓ ਜਿਹੜਾ ਚੰਗਾ ਲੱਗਿਆ ਕਰ ਲਿਓ। ਜਿੱਥੇ ਜਿੱਥੇ ਗਿਆ 100 ਗੀਤ, 150 ਗੀਤ, 200-200 ਗੀਤ ਚੱਕ ਕੇ ਵੰਡਦੇ ਮੈਂ, ਬੇਸ਼ੁਮਾਰ ਗੀਤ ਮੈਂ ਕਿਹਾ ਵੀ ਗਾਓ, ਉਹ ਕਹਿੰਦੇ ਕੋਈ ਚੋਰੀ ਕਰ ਲਊ, ਮੈਂ ਜਿੰਨੇ ਮਰਜ਼ੀ ਕਰ ਲਿਓ, ਤੁਸੀਂ ਇਹਨਾਂ ਨੂੰ ਗਾਓ ਤਾਂ ਸਹੀ, ਮੇਰੀ ਤਾਂ ਉਮਰ ਲੰਘ ਗਈ, ਮੈਂ ਹੁਣ ਕਿਸੇ ਨੂੰ ਤਾਂ ਕੀ ਕਰਾਉਣਾ। ਇਸੇ ਤਰ੍ਹਾਂ ਕੰਪਨੀਆਂ ਦੇ ਵਿੱਚ ਮੇਰੀ ਆਉਣੀ ਜਾਣੀ ਬਾਦਸਤੂਰ ਜਾਰੀ ਰਹੀ। ਇੱਕ ਵਾਰ ਮੈਂ ਫਤਿਹਗੜ੍ਹ ਸਾਹਿਬ ਦੀ ਕੰਪਨੀ 'ਚ, ਮੈਨੂੰ ਉਹਨਾਂ ਨੇ ਫੋਨ ਕੀਤਾ, ਮੈਂ ਉਹਨਾਂ ਕੋਲ ਗਿਆ, ਜਦੋਂ ਉਹਨਾਂ ਨੂੰ ਮਿਲ ਕੇ ਆਇਆ ਤਾਂ ਉਹ ਬੜੇ ਖੁਸ਼ ਹੋਏ ਮੈਨੂੰ ਮਿਲ ਕੇ, ਮਾਲਕ ਨੇ, ਉਹ ਕਹਿੰਦੇ ਵੀ ਤੁਸੀਂ ਸਾਡੇ ਗੀਤਕਾਰ ਵੀ ਪੱਕੇ ਰਹੋਗੇ ਔਰ ਤੁਹਾਡੇ ਗੀਤ ਵੀ ਰਿਕਾਰਡ ਕਰਾਂਗੇ, ਔਰ ਤੁਸੀਂ ਸਾਡੀ ਕੰਪਨੀ 'ਚ ਨਾ ਪ੍ਰਬੰਧਕ ਰਹੋ, ਸਾਡੇ ਕੋਲ ਸਿਲੈਕਸ਼ਨ ਕਰਿਆ ਕਰੋ, ਤੁਸੀਂ ਸਿਆਣੀ ਉਮਰ ਦੇ ਹੋ, ਵਧੀਆ ਗੀਤਕਾਰ ਹੋ। ਅਤੇ ਮੈਂ ਉਹਨੂੰ ਕਹਿੰਦੀ ਚਾਹ ਚੂ ਪੀ ਕੇ ਜਦੋਂ ਵਾਪਸੀ 'ਤੇ, ਐਕਟਿਵ ਹਾਂਡਾ 'ਤੇ ਮੈਂ ਜਾਂਦਾ ਹੁੰਦਾ ਸੀ ਸਾਰੇ, ਜਦੋਂ ਵਾਪਸੀ 'ਤੇ ਆ ਰਿਹਾ ਸੀ ਤਾਂ ਮੇਰਾ ਚਿਰ ਖੁਸ਼,
ਉਹ ਉੜਜੂ ਕਰਦਾ ਅਤੇ ਮੈਂ ਫਿਰ ਸ਼ਹਿਰ ਦੀ ਜਵਾਨ 'ਤੇ ਆਵਾਜ਼ ਚੜ੍ਹ ਗਈ, ਗੱਲ ਚੜ੍ਹ ਗਈ, ਉੜਜੂ ਕਰਦਾ। ਮੈਂ ਆਪਦੇ ਨਾਲ ਹੀ ਸਵਾਲ ਕੀਤਾ ਵੀ ਕਾਹਤੇ ਉੜਜੂ ਕਰਦਾ, ਬਈ ਉੜਜੂ ਕਰਦਾ ਤਾਂ ਤੇਰੀ ਗੱਲ ਬਣ ਗਈ। ਅਤੇ ਫਿਰ ਮੇਰੇ ਖਿਆਲ 'ਚ ਪਤਾ ਨਹੀਂ ਕਿੱਥੋਂ ਖਿਆਲ ਆਉਂਦੇ ਆਉਂਦੇ ਤਾਂ ਆ ਗਿਆ ਦਰਾਹੇ ਕੋਲ ਆ ਕੇ ਵੀ ਉੜਜੂ ਤਾਂ ਕਰਦਾ, ਤੂੰ ਇਉਂ ਦੱਸ ਕਦੋਂ ਕਰਦਾ, ਕਿਹੜੇ ਕਿਹੜੇ ਵੇਲਿਆਂ 'ਤੇ ਕਰਦਾ। ਘਰ ਆ ਜਦੋਂ ਆਇਆ ਮੈਂ ਕਿਹਾ ਵੀ ਕਿਹੜੇ ਵੇਲਿਆਂ 'ਤੇ ਕਰਦਾ, ਇਹ ਤਾਂ ਗੀਤ ਆ। ਫਿਰ ਮੈਂ ਉਹ ਵਕਤ ਲੱਭ ਲਿਆ ਵੀ ਗੱਭਰੂ ਦਾ, ਨੌਜਵਾਨ ਦਾ ਦਿਲ ਕਦੋਂ ਉੜਜੂ ਕਰਦਾ। ਜਦੋਂ ਮੈਂ ਉਹ ਬਹਿ ਕੇ ਜ਼ੋਰ ਲਾ ਕੇ ਦਿਮਾਗ 'ਤੇ ਜ਼ੋਰ ਪਾਇਆ, ਉਹ ਵਕਤ ਮੈਨੂੰ 40-45 ਲੱਭ ਗਏ ਔਰ 40-45 ਮੈਂ ਅੰਤਰੇ ਬਣਾ ਲਏ। ਜਦੋਂ ਬਾਸ ਨੂੰ ਸੁਣਾਇਆ ਉਹਨੂੰ ਤਾਂ 10 ਕੰਤਰੇ ਸੁਣਾਏ। ਉਹ ਕਹਿੰਦਾ ਅੰਕਲ ਇੰਨਾ ਰਿਕਾਰਡ ਤਾਂ ਹੋਣਾ ਨਹੀਂ, ਇਹ ਤਾਂ ਸਾਰੇ ਵਧੀਆ। ਅਤੇ ਮੈਂ ਕਿਹਾ ਜੀ ਇਹ ਅੰਤਰੇ ਵਾਲੇ ਆ। ਅਤੇ ਫਿਰ ਉਹਨਾਂ ਨੇ 7 ਅੰਤਰੇ ਉਹਦੇ 'ਚ ਰਿਕਾਰਡ ਕੀਤੇ, ਉਹ ਤਾਂ ਹਿੱਟ ਹੋ ਗਏ। ਮੈਂ ਜਦੋਂ ਸਾਲ ਕੁ ਬਾਅਦ ਉਹ ਗੀਤ ਕਾਮਯਾਬ ਹੋ ਗਿਆ ਅਤੇ ਮਨਮੋਹਨ ਕਹਿੰਦਾ ਅੰਕਲ ਬਈ ਤੂੰ ਅੰਤਰੇ ਲਿਖੇ ਸੀ, ਸੁਣਾ ਤਾਂ ਜਦੋਂ ਸੁਣਾਏ, ਕਹਿੰਦਾ ਇਹ ਤਾਂ ਉਦੋਂ ਹੀ ਵਧੀਆ, ਇਹਨਾਂ ਨੂੰ ਕਿਸੇ ਗੀਤ 'ਚ ਪਾ। ਮੈਂ ਕਿਹਾ ਵੀ 27 ਲੱਭਦੇ ਹਾਂ, ਫਿਰ 27 ਲੱਭੀ, ਟੋਪ ਦਾ ਸ਼ਕੀਨ ਮੁੰਡਾ ਇਹੀ ਗੱਲਾਂ ਭਾਲਦਾ, ਉਹਦੇ 6 ਅੰਤਰੇ ਉਹ ਵੀ ਉਹੀ ਹੋਈ ਆ। ਫਿਰ ਉਹ ਕਹਿੰਦੇ ਅੰਤਰੇ ਤਾਂ ਤੇਰੇ ਹੋਰ ਬਚੇ ਪਏ ਆ ਅਤੇ ਬਾਹਲੇ ਵਧੀਆ। ਫਿਰ ਚੀਨਾ ਜੱਟ ਦਾ ਬਨੇਰੇ 'ਤੇ ਗੋਟਰਗੂੰ ਕਰਦਾ, 5 ਅੰਤਰੇ ਉਹਦੇ 'ਚ ਪਾ ਤੇ, ਉਹਨਾਂ ਨੂੰ ਥੋੜ੍ਹੀ ਬਹੁਤੀ ਤਰਮੀਮ ਕੀਤੀ ਹੈ ਅਤੇ ਸਿਰਫ ਕਾਫੀ ਇਹਦੀ ਸੋਧ ਕੀਤੀ ਹੈ, ਬਾਕੀ ਗੱਲ ਠੀਕ ਆ। ਅਤੇ ਇੱਕ 2-3 ਮੈਂ ਗੀਤ ਹੋਰ ਲਿਖੇ ਹੋਏ ਆ। ਮਨਮੋਹਨ ਕਹਿੰਦਾ ਅੰਕਲ ਛੱਡਣੇ ਨਹੀਂ, ਉਹ ਸਾਰੇ ਪਾਉਣੇ ਆ। ਮੇਰੇ ਖਿਆਲ ਵੀ ਉਹ ਇੱਕ ਚੀਜ਼ ਲਿਖੀ ਹੋਈ ਮੇਰੀ ਉੜਜੂ ਕਰਦੇ ਦੀ, ਮੇਰੀ ਸਲਾਹ ਵੀ 7 ਗੀਤ ਰਿਕਾਰਡ ਹੋਣਗੇ ਉਹ ਔਰ 7 ਕਾਮਯਾਬ ਹੋਣਗੇ, ਮੈਨੂੰ ਪੂਰਾ ਯਕੀਨ ਹੈ। ਅੱਛਾ ਧਾਰੀਆ ਸਾਹਿਬ, ਤੁਸੀਂ ਇੱਕ ਗੱਲ ਕੀਤੀ ਸੀ ਕਿ ਇਸੇ ਗਾਣੇ ਦਾ ਹੀ ਜਿਹੜਾ ਇੱਕ ਹਿੱਸਾ ਬਣਿਆ ਟੋਪ ਦਾ ਸਕੀਨ ਮੁੰਡਾ ਇਹੀ ਗੱਲਾਂ ਭਾਲਦਾ, ਉਹਦੇ ਵਿੱਚ ਤੁਸੀਂ ਕਿਹੜੀਆਂ ਗੱਲਾਂ ਕਹਿਣ ਦੀ ਕੋਸ਼ਿਸ਼ ਕੀਤੀ ਇੱਕ ਗੱਭਰੂ ਨੇ? ਇਹਦੇ 'ਚ ਸੀਗਾ ਵੀ ਕਿਹੜੇ ਕਿਹੜੇ ਵੇਲਿਆਂ 'ਤੇ, ਜੇ ਤੁਸੀਂ ਦੇਖੋ ਸਮਝੋ ਗੱਲ, ਕੋਈ ਫਰਕ ਨਹੀਂ ਇਹਦੇ 'ਚ ਆ ਵੀ ਕਦੋਂ ਕਿਹੜੇ ਵੇਲੇ 'ਚ ਗੱਭਰੂ ਦਾ ਦਿਲ ਉੜਜੂ ਕਰਦਾ। ਉਹਦੇ 'ਚ ਮੈਂ ਕਰਦਾ ਵੀ ਜਦੋਂ ਆਹ ਗੱਲ ਹੋਵੇ, ਆਹ ਗੱਲ ਹੋਵੇ, ਮੁੰਡਾ ਸ਼ਕੀਨ ਦਾ ਆਹੀ ਗੱਲਾਂ ਭਾਲਦਾ, ਗੱਲ ਉਹੀ ਆ ਗਈ, ਥੋੜ੍ਹਾ ਫਰਕ ਹੀ ਪਾਇਆ ਵਾ। ਉਹਦੇ ਵਿੱਚ ਵੀ ਜਦੋਂ ਗਿੱਧੇ ਵਿੱਚ ਹੋਵੇ ਵੀਰੇ ਦੀ ਸਾਲੀ ਨਾਲ ਨੱਚਦਾ, ਬੱਕੀ ਵਿੱਚ ਪੋਲੀ ਗੂੜੀ ਜੀ ਮਾਰ ਹੌਲੀ ਜਣੇ ਦੱਸਦਾ ਕਰ ਲੈ ਫਰੈਂਡਸ਼ਿਪ ਦਫਾ ਹੋਣੀ, ਚਲੋ ਉਹਨੂੰ ਪਿਆਰ ਨਾਲ ਮਨਾਉਂਦਾ। ਯਾਨੀ ਮੈਂ ਉਹ ਸਮੇਂ ਲੱਗਦੇ ਗਿੱਧੇ ਵਿੱਚ ਨੱਚਦਾ ਹੈ, ਬੁਲਟ ਸਿੰਘ 'ਤੇ ਬੈਠਾ ਜਾਂਦਾ, ਕਬੱਡੀ ਖੇਡਦਾ, ਅੰਕ ਲੈ ਕੇ ਆਉਂਦਾ ਅਤੇ ਘਲਾੜੀ 'ਤੇ ਗੰਨੇ ਲਾਉਂਦਾ ਜਾਂ ਖੇਤ ਵਿੱਚ ਸਪਰੇਅ ਕਰਾਉਂਦਾ ਭਈਏ ਤੋਂ, ਕਣਕ ਗੇਤੀ ਭਈਏ ਤੋਂ ਸਪਰੇਅ ਕਰਾਉਂਦਾ ਹੋਵੇ, ਪੱਠਿਆਂ ਤੋਂ ਭਈਏ ਤੋਂ ਸਪਰੇ, ਇਹੀਆਂ ਜੀ ਗੱਲਾਂ। ਯਾਨੀ ਬਹੁਤ ਮੌਕੇ ਨੇ ਜਦੋਂ ਹੜੰਬੇ 'ਤੇ ਰੁੱਗ ਲਾਉਂਦਾ ਉਦੋਂ ਵੀ ਉਹ ਖੁਸ਼ ਉੜਜੂ ਕਰਦਾ, ਜਦੋਂ ਦਾਣਿਆਂ ਦੀ ਧਾਰ ਪੈਂਦੀ ਹੈ ਜੱਟ ਦਾ ਪੁੱਤ ਉਦੋਂ ਬਹੁਤਾ ਖੁਸ਼ ਬਹੁਤ ਹੁੰਦਾ ਵਾ। ਉਹ ਬਹੁਤ ਮੌਕੇ ਲੱਭੇ ਹੋਏ ਨੇ, ਉਹ ਸਾਰਿਆਂ ਗੀਤਾਂ ਵਿੱਚ ਇਵੇਂ ਪੈਂਦੇ ਜਾਣੇ ਔਰ ਪੈਂਦੇ ਵੀ ਰਹਿਣੇ ਆ। ਅੱਛਾ, ਜਿਸ ਤਰ੍ਹਾਂ ਤੁਸੀਂ ਆਪਣੇ ਉਸਤਾਦ ਦੇਵ ਤਰੀਕੇ ਜੀ ਜਿਨ੍ਹਾਂ ਨੇ ਪੰਜਾਬੀ ਗੀਤਕਾਰੀ ਦੇ ਬਾਬਾ ਬੋੜ ਨੇ, ਉਹਨਾਂ ਵਾਂਗ ਤੁਸੀਂ ਗੀਤ ਛੱਡ ਕੇ, ਕਵਿਤਾ ਛੱਡ ਕੇ ਜਾਂ ਇਸ ਚੀਜ਼ ਤੋਂ ਥੋੜ੍ਹਾ ਜਿਹਾ ਪਾਸੇ ਹਟ ਕੇ ਲੋਕ ਥਾਵਾਂ ਵੱਲ ਵੀ ਆਉਣ ਦਾ ਸੋਚਿਆ? ਲੋਕ ਥਾਵਾਂ ਵੱਲ ਸੋਚਿਆ ਜੀ, ਮੇਰੀ ਸ਼ੁਰੂਆਤ ਹੀ ਦਿਮਾਗ 'ਚ ਸ਼ੌਂਕ ਸੀ ਮੈਂ ਲੋਕ ਥਾਵਾਂ ਲਿਖਾਂ, ਗੁਰੂ ਜੀ ਵਾਂਗੂ ਲਿਖਾਂ, ਔਰ ਮੈਂ ਲਿਖੀਆਂ ਵੀ ਨੇ, ਕਲੀਆਂ ਲਿਖੀਆਂ ਨੇ, ਕਲੀਆਂ ਦੀ ਮਿਕਦਾਰ ਇੰਨੀ ਕੁ ਆ ਵੀ ਮੇਰੇ ਖਿਆਲ ਆ ਵੀ ਮੁੰਡੇ ਸਾਰੇ ਲੱਗ ਜਾਣ ਤਾਂ ਉਹਨਾਂ ਨੂੰ ਗਾ ਨਹੀਂ ਸਕਦੇ, 700 ਕਲੀ ਮੇਰੇ ਕੋਲ ਉਹ ਆ ਜਿਹੜੀ ਸੁਪਰ ਹਿੱਟ ਕਹਿ ਸਕਦੇ ਹਾਂ। ਰਾਜਵੀਰ ਜਵੰਧੇ ਨੂੰ ਪਤਾ, ਉਹਨੇ ਇੱਕ ਪਹਿਲਾਂ ਕਲੀ ਗਾਈ ਹੈ, ਉਹ ਕਲੀ ਦੇ ਸਿਰ 'ਤੇ ਰਾਜਵੀਰ ਜਵੰਧਾ ਸਟਾਰ ਬਣਿਆ, ਦੂਸਰੀ ਵੇ ਤੋਂ ਕਲੀ ਫੇਰ ਲੈ ਗਿਆ। ਇੱਕ ਕਿਸੇ ਨੌਜਵਾਨ ਕੁੜੀ ਨੇ ਕਿਹਾ ਮੈਂ ਕਲੀਆਂ ਗਾਉਣੀਆਂ, ਮੈਂ ਕਿਹਾ ਜੇ ਕੁੜੀ ਇੰਨਾ ਦਮ ਹੈਗਾ ਗਾ ਦੇਗੀ ਤਾਂ ਕਲੀਆਂ ਦੀ ਰਾਣੀ ਦਾ ਖਿਤਾਬ ਤੈਨੂੰ ਟੀਵੀ 'ਤੇ ਬਹਿ ਕੇ ਮੈਂ ਦਊਂ ਔਰ ਗਰੰਟੀ ਕਰਦਾ ਤੈਨੂੰ ਕੋਈ ਰੋਕ ਨਹੀਂ ਸਕਦਾ। ਮਾਨਕ ਸਾਹਿਬ ਤੋਂ ਬਾਅਦ ਉਹ ਕਲੀਆਂ ਦਾ ਬਾਦਸ਼ਾਹ ਅਤੇ ਤੂੰ ਕਲੀਆਂ ਦੀ ਰਾਣੀ ਹੋਵੇਂਗੀ, ਔਰ ਮਾਲਕ ਕਹੇ ਉਹ ਕਰੇ ਉਹਦੀ ਆਸ ਪੂਰੀ ਹੋਵੇ। ਕਲੀਆਂ ਮੈਂ ਲੋਕ ਨਾਇਕਾਂ ਦੀਆਂ ਕਲੀਆਂ ਵੀ ਸਾਡੇ ਲੋਕ ਤੱਥਾਂ ਦੀਆਂ, ਲੋਕ ਸੱਚ ਨੂੰ, ਲੋਕ ਤੱਥਾਂ ਨੂੰ, ਸਾਡੇ ਲੋਕ ਨਾਇਕਾਂ ਨੂੰ, ਸੂਰਮਿਆਂ ਨੂੰ, ਯੋਧਿਆਂ ਨੂੰ, ਮਹਾਂਬਲੀਆਂ ਨੂੰ, ਸਾਰਿਆਂ ਨੂੰ ਕਲੀਆਂ ਵਿੱਚ ਲਿਆਂਦਾ ਅਤੇ ਐਨ ਪਰੋਏ ਪਏ ਆ। ਉਹ ਬਹੁਤ ਲੰਮਾ ਚੌੜਾ ਮੈਟਰ ਆ ਅਤੇ ਦੋ, ਇੱਕ ਬਾਰਸ ਨੇ ਕਲੀ ਗਾਈ, ਇੱਕ ਜਵੰਦੇ ਨੇ, ਇੱਕ ਜਵੰਦਾ ਹੋਰ ਗਾ ਰਿਹਾ। ਅਤੇ ਹੁਣ ਜੇ ਸ਼ੁਰੂਆਤ ਜਦੋਂ ਹੋਈ ਫਿਰ ਮੈਂ ਚਾਹੁੰਦਾ ਵੀ ਮੇਰੀਆਂ 4-5 ਕਲੀਆਂ ਹਰੇਕ ਸਾਲ ਆਉਣ ਅਤੇ ਉਹ ਮੈਂ ਲਿਖਦਾ। ਫਿਲਮਾਂ ਦੀ ਕਹਾਣੀਆਂ, ਹੈਪੀ ਰਾਏਕੋਟੀ ਮੇਰੇ ਕੋਲ ਆਇਆ ਸੀ, ਉਹਨੂੰ ਮੈਂ ਕਹਾਣੀਆਂ ਸੁਣਾਈਆਂ, ਫਿਲਮਾਂ ਦੀਆਂ ਕਹਾਣੀਆਂ ਲਿਖਦਾ ਮੈਂ ਅਤੇ ਉਹ ਮੈਂ ਸੁਣਾਈਆਂ। ਜਦੋਂ ਮੈਂ ਕਿਹਾ ਵੀ ਇਹ ਜਵਾਨਾਂ ਤੂੰ ਵਧੀਆ ਸਟਾਰ ਆ, ਇਹ ਦੱਸ ਚੰਗੀਆਂ, ਉਹ ਮੈਨੂੰ ਹੈਪੀ ਦੇ ਸ਼ਬਦ ਸੀ, ਉਹ ਕਹਿੰਦਾ ਅੰਕਲ ਇਹ ਕੋਈ ਕਹਾਣੀਆਂ, ਇਹ ਤਾਂ ਕਹਿਰ ਵਾ, ਇਹਨਾਂ 'ਤੇ ਫਿਲਮਾਂ ਬਣ ਗਈਆਂ, ਇਹ ਤਾਂ ਬਹੁਤ ਕੁਝ ਕਰਨਗੀਆਂ, ਤੂੰ ਤਾਂ ਬਹੁਤ ਕਾਮਯਾਬੀ ਨਾਲ ਤੇਰੀਆਂ ਚੀਜ਼ਾਂ ਨੇ, ਫਿਲਮਾਂ ਦੀ ਸਟੋਰੀ ਇਹੀ ਜਿਹੀ ਤਾਂ ਮੈਂ ਕਦੇ ਕਲਪਨਾ ਨਹੀਂ ਕੀਤੀ ਹੈ ਜਿਹੜੀਆਂ ਤੂੰ ਲਿਖੀ ਬੈਠਾ ਹੈ। ਉਹ ਹੈ ਤਾਂ ਕਹਾਣੀਆਂ ਬਹੁਤ, ਮੈਂ ਇਹਨੂੰ 4 ਕੁ ਸੁਣਾਈਆਂ ਸੀ। ਹੈਪੀ ਦੇ ਗਿਆ ਮੈਨੂੰ, ਕਹਿੰਦਾ ਜੀ ਸ਼ਾਬਾਸ਼, ਇਹ ਤਾਂ ਬਾਪੂ ਕਹਿੰਦਾ ਬਹੁਤ ਵਧੀਆ ਚੀਜ਼ ਹੈ ਤੇਰੀ। ਫਿਲਮ ਬਣਨ ਵੱਲ ਤੁਰੀ? ਹੁਣੇ 3-4 ਮਹੀਨੇ ਹੋਏ ਆ, ਮੇਰੀ ਕਿਸੇ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ, ਉਹਨਾਂ ਨੇ ਮੇਰੇ 'ਤੇ ਅਪਰੋਚ ਵੀ ਕੀਤੀ। ਮੁੰਡੇ ਗਾਉਣ ਵਾਲੇ ਰਾਜਵੀਰ ਜਵੰਧਾ ਵੀ ਆਇਆ ਸੀ, ਉਹ ਕਹਿੰਦਾ ਜੀ ਮੈਨੂੰ ਫਿਲਮਾਂ ਦੀ ਔਫਰ ਆਉਂਦੀ ਹੈ, ਮੈਂ ਚਾਹੁੰਦਾ ਵੀ ਅੰਕਲ ਜੀ ਤੁਸੀਂ ਕਹਾਣੀ ਲਿਖੋ, ਮੈਂ ਥੋੜ੍ਹੀ ਦੇ ਗਾਵਾਂ, ਐਕਟ ਕਰਾਂ, ਮੈਂ ਹੀਰੋ ਬਣਾਂ। ਉਹਨੂੰ ਵੀ ਲੋਕ ਕਹਿੰਦੇ ਆ ਵੀ ਬਹੁਤ ਵਧੀਆ ਤੂੰ ਕਾਮਯਾਬ ਮੁੰਡਾ। ਰਾਜਵੀਰ ਜਵੰਧੇ ਵਾਲਾ ਤਾਂ ਮੈਨੂੰ ਵੀ ਲੱਗਦਾ ਵੀ ਉਹ ਕਿਸੇ ਦਿਨ ਸਫਲ ਹੀਰੋ ਬਣੂਗਾ, ਐਮੀ ਵਿਰਕ ਦੇ ਵਾਂਗੂ। ਅਤੇ ਇਹਦੇ ਵਿੱਚ ਥੋੜ੍ਹਾ ਜਿਹਾ ਸਮਾਂ ਦਰਕਾਰ ਵਾ, ਮਿਹਨਤ ਦੀ ਵੀ ਲੋੜ ਪੈਂਦੀ ਹੈ,
ਘਰ ਬੈਠੇ ਨੂੰ ਤਾਂ ਮੇਰੇ ਕੋਲ ਕਿਸੇ ਡਾਇਰੈਕਟਰ ਨੇ ਆਉਣਾ ਨਹੀਂ, ਗਾਉਣ ਵਾਲੇ ਤਾਂ ਆ ਜਾਂਦੇ ਆ, ਅਤੇ ਮੈਨੂੰ ਆਪ ਭੱਜ ਨੱਠ ਕਰਨੀ ਪੈਣੀ ਹੈ ਘਰ, ਹੁਣ ਕੰਮ ਕੁੰਮ ਵੀ ਕਰਾਉਣਾ ਪੈਂਦਾ ਜਵਾਕਾਂ ਦੇ ਨਾਲ, ਲਿਖਦਾ ਵੀ ਹੈ, ਅਤੇ ਹੁਣ ਮੇਰੀ ਹੋਈ ਹੈ ਦੋ ਤਿੰਨਾਂ ਨਾਲ ਗੱਲ, ਮੈਂ ਜਦੋਂ ਮੌਸਮ ਠੀਕ ਹੋ ਗਿਆ ਨਾ, ਆਹ ਗਰਮੀ ਜਿਹੜੀ ਤੰਗ ਕਰਦੀ ਹੈ ਇਹ ਠੀਕ ਹੋਈ, ਮੀਂਹ ਪਾ ਤਾ, ਅੱਜ ਮੌਸਮ ਬਹੁਤ ਵਧੀਆ, ਹੋ ਸਕਦਾ ਮੈਂ ਕੱਲ੍ਹ ਪਰਸੋਂ ਨੂੰ ਸ਼ੁਰੂਆਤ ਕਰਾਂ, ਮੈਂ ਮਿਲੂੰਗਾ ਕਿਸੇ ਡਾਇਰੈਕਟਰ ਨੂੰ, ਔਰ ਮੈਨੂੰ ਲੋਕ ਕਹਿੰਦੇ ਜੇ ਤੂੰ ਉਹਨਾਂ ਨੂੰ ਜਦੋਂ ਸੁਣਾਵੇਂਗਾ ਉਹ ਕਹਿਣਗੇ ਵੀ ਹੁਣ ਜਾ ਰਹਾਂ ਬਾਪੂ, ਹੁਣ ਲਿਖ ਦੇ ਸਕ੍ਰਿਪਟ ਇਹਦੀ, ਇਹ ਮੈਨੂੰ ਆਸ ਆ ਵੀ ਫਿਲਮਾਂ ਵੀ ਬਣਨਗੀਆਂ। ਅੱਛਾ, ਜਿਸ ਤਰ੍ਹਾਂ ਹਰ ਲੇਖਕ ਦਾ ਲਿਖਣ ਦਾ ਕੋਈ ਸਮਾਂ, ਕੋਈ ਸਟਾਈਲ, ਕੋਈ ਅੰਦਾਜ਼ ਹੁੰਦਾ, ਕੁੰਡਾ ਧਾਲੀਵਾਲ ਜਿਹਾ ਕਿਹੜਾ ਸਮਾਂ ਜਦੋਂ ਲਿਖਦਾ ਜਾਂ ਹਰ ਸਮੇਂ ਜਿਹੜਾ ਤੁਹਾਡੀ ਆਮਦ ਹੁੰਦੀ? ਮੇਰਾ ਸਮਾਂ ਮੈਂ ਸਮਝਦਾ ਵੀ ਸ਼ਾਇਰ ਹੋਰ ਸਕਦਾ, ਵੱਡੇ ਵੱਡੇ ਵਧੀਆ ਸ਼ਾਇਰ ਹੋਏ, ਉਹਨਾਂ ਦਾ ਸਮਾਂ ਸੀ, ਉਹਨਾਂ ਨੇ ਵੱਖਰਾ ਵੱਖਰਾ ਬਿਆਨ ਕੀਤਾ, ਮੇਰਾ ਸਮਾਂ ਤਾਂ ਕੋਈ ਨਹੀਂ ਹੈ। ਮੇਰਾ ਸਮਾਂ ਤਾਂ ਉਦੋਂ ਆ ਜਦੋਂ ਮੈਨੂੰ ਖਿਆਲ ਆਉਂਦਾ, ਚਾਹੇ ਮੈਂ ਸੁੱਤਾ ਪਿਆ ਵਾਂ, ਚਾਹੇ ਮੈਂ ਕੋਈ ਕੰਮ ਕਰਦਾ, ਉਹਨੂੰ ਛੱਡ ਕੇ ਲਿਖਦਾ। ਜੇ ਮੈਂ ਕਿਤੇ ਸਫ਼ਰ ਕਰ ਰਿਹਾ, ਗੱਡੀ 'ਚ ਵਾਂ ਜਾਂ ਕਿਸੇ ਮੋਪਟ 'ਤੇ ਹਾਂ, ਉਦੋਂ ਮੈਨੂੰ ਕਿਸੇ ਗੀਤ ਦਾ ਜਨਮ ਹੁੰਦਾ, ਹਾਂ ਮੇਰੇ ਗੁਰੂ ਜੀ ਕਹਿੰਦੇ ਸੀ, ਮੈਨੂੰ ਯਾਦ ਆਉਂਦਾ ਸੀ, ਮੈਂ ਥੱਲੇ ਲਿਖ ਲੈਂਦਾ ਸੀ, ਕਈ ਕਹਿੰਦੇ ਮੈਂ ਕਾਗਜ਼ 'ਤੇ ਨੋਟ ਕਰ ਲੈਂਦਾ ਸੀ, ਮੇਰੇ 'ਚ ਵੱਖਰੀ ਚੀਜ਼ ਵਾ, ਔਰ ਮੈਂ ਲਲਕਾਰ ਕੇ ਕਹਿੰਦਾ ਸਾਰੀ ਦੁਨੀਆ ਨੂੰ ਵੀ ਮੇਰੇ 'ਤੇ ਸੱਚ ਕਰੋ, ਇਹ ਕੀ ਚੀਜ਼ ਕੀ ਹੈ, ਕੰਪਿਊਟਰ ਦਾ ਯੁੱਗ ਵਾ, ਜੇ ਕੋਈ ਮੇਰੇ 'ਤੇ ਸਵਾਲ ਵੀ ਕਰੇ ਮੈਂ ਉਹਨੂੰ ਆਪਦਾ 3 ਘੰਟੇ ਬਹਿ ਕੇ ਆਪਦੇ ਜਵਾਨੀ ਗੀਤ ਜਿਹੜੇ ਰਿਕਾਰਡ ਨਹੀਂ ਹੋ ਗਏ, 4 ਘੰਟੇ 5 ਘੰਟੇ ਲਗਾਤਾਰ ਮੈਂ ਆਪਦੇ ਗੀਤ ਜਵਾਨੀ ਸੁਣਾ ਸਕਦਾ, ਉਹਨਾਂ ਦੀ ਕੋਈ ਗਿਣਤੀ ਨਹੀਂ ਕਿੰਨੇ ਕੁ ਮੈਨੂੰ ਯਾਦ ਆ। ਜਦੋਂ ਮੈਨੂੰ ਗੀਤ ਦਾ ਜਨਮ ਹੁੰਦਾ, ਮੈਂ ਉਹਦੀ ਸਥਾਈ ਅੰਤਰਾ, ਜੇ ਸਥਾਈ ਵੀ ਹੁੰਦੀ ਆ ਤਾਂ ਉਹਨੂੰ ਲਿਖਦਾ ਨਹੀਂ, ਕਿੱਥੋਂ ਪੈੱਨ ਮੰਗਾਂ, ਜੇ ਪੈੱਨ ਨੂੰ ਕਹੂੰਗਾ ਪੈੱਨ ਦੇ ਜਾਣੂ, ਖਿਆਲ ਵਿੱਚ ਧਿਆਨ ਉੱਧਰ ਰੱਖਦਾ, 15-16-17 ਵਾਰ ਉਹਨੂੰ ਮੈਂ ਰਿਪੀਟ ਕਰ ਲੈਂਦਾ, ਉਹਨਾਂ ਸ਼ਬਦਾਂ ਨੂੰ ਰਿਪੀਟ ਕਰ ਲੈਂਦਾ, ਫਿਰ ਗਾਂਹ ਜਾ ਕੇ ਫਿਰ ਉਹਨੂੰ ਰਿਪੀਟ ਕਰ ਦਿੰਦਾ, ਜਦੋਂ ਹੋ ਗਏ ਜਮ੍ਹਾਂ ਹੋ ਗਿਆ ਨਾ ਬੈਟਰੀ, ਫਿਰ ਮੈਂ ਕਈ ਵਾਰੀ ਹਫ਼ਤੇ ਬਾਅਦ ਵੀ ਠੋਲਾ ਮਾਰ ਕੇ ਵੀ ਉਹ ਮੈਂ ਕਿੱਥੇ ਜਾ ਰਿਹਾ ਸੀ ਉੱਥੇ ਸੁਰਤ ਲਿਜਾ ਕੇ ਉਹ ਸ਼ਬਦ ਨਿਕਲੇ ਆਉਂਦੇ, ਮੈਂ ਬਹੁਤ ਗੀਤ ਲਿਖੇ ਨੇ, ਔਰ ਇਵੇਂ ਕਰਦਾ ਜਦੋਂ ਗੀਤ ਦਾ ਜਨਮ ਹੁੰਦਾ ਮੈਂ ਉਹਨੂੰ ਦਿਮਾਗ 'ਚ ਪਾ ਲੈਂਦਾ, ਕੰਪਿਊਟਰ ਵਾਂਗੂ ਤੁਸੀਂ ਨਹੀਂ, ਮੈਂ ਮੋਬਾਈਲ ਸੇਵ ਕਰ ਲੈਂਦੇ, ਇਹ ਬੁੜੇ ਦੇ ਦਿਮਾਗ 'ਚ ਮੋਬਾਈਲ ਦਿੱਤਾ ਮੇਰੇ ਸਤਿਗੁਰ ਮਾਲਕ ਸ਼ਹਿਨਸ਼ਾਹ ਨੇ, ਔਰ ਬੇਸ਼ੁਮਾਰ ਗੀਤ ਇਹਦੇ ਵਿੱਚ ਪਏ ਹੈ, ਅਤੇ ਉਹ ਜਦੋਂ ਮੈਂ ਉਹ ਗੀਤ ਦਾ ਜਨਮ ਹੁੰਦਾ ਉਹਨੂੰ ਰਿਪੀਟ ਕਰਦਾ, 20-22 ਵਾਰੀ ਕਰ ਲੈਂਦਾ ਵੱਧ ਤੋਂ ਵੱਧ, ਉਹ ਫਿਰ ਜਮ੍ਹਾਂ ਹੋ ਜਾਂਦਾ, ਮੈਂ 10 ਦਿਨ ਬਾਅਦ ਵੀ ਖਿਆਲ ਆਉਂਦਾ ਮੈਂ ਉੱਥੇ ਜਾਂਦਾ ਸੀ, ਕੋਈ ਗੀਤ ਹੋਇਆ ਸੀਗਾ, ਫਿਰ ਉਹ ਜਦੋਂ ਐਂ ਕਰਦਾ ਉਹ ਲੱਭੀ ਆ ਗਿਆ, ਉਹ ਮੈਂ ਜਦੇ ਹੀ ਕਾਪੀ ਦੇ ਉੱਤੇ ਲਿਖ ਦਿੰਦਾ। ਅੱਛਾ ਧਾਲੀਵਾਲ ਸਾਹਿਬ, ਜਿਸ ਤਰ੍ਹਾਂ ਹਰ ਇੱਕ ਬੰਦਾ ਜਦੋਂ ਲਿਖਦਾ ਉਹ ਕਿਤੋਂ ਨਾ ਕਿਤੋਂ ਪਿਛੋਕੜ ਤੋਂ ਆਪਣੇ ਮਨ ਦੇ ਵਿੱਚ ਉਹਦੇ ਖਿਆਲ ਆਉਂਦੇ ਆ, ਫਿਰ ਕਿਤੇ ਜਾ ਕੇ ਕਹਾਣੀ ਬਣਦੀ ਹੈ ਅਤੇ ਫਿਰ ਉਹਨੂੰ ਆਪਾਂ ਉਤਾਰਦੇ ਹਾਂ ਅੱਖਰਾਂ ਦੇ ਰੂਪ ਦੇ ਵਿੱਚ, ਤੁਸੀਂ ਕੀ ਮੰਨਦੇ ਹੋ? ਜਿਸ ਤਰ੍ਹਾਂ ਅਸੀਂ ਤੁਹਾਡੇ ਕੋਲ ਆਏ ਸੀ, ਤੁਸੀਂ ਸਾਡੇ ਨਾਲ ਇਤਿਹਾਸ ਦੀਆਂ ਬਹੁਤ ਗੱਲਾਂ ਕੀਤੀਆਂ ਜਦੋਂ ਆਪਾਂ ਬੈਠੇ, ਤਾਂ ਮੈਨੂੰ ਲੱਗਿਆ ਕਿ ਕੁੰਡਾ ਧਾਲੀਵਾਲ ਪੰਜਾਬ ਹੀ ਨਹੀਂ ਪੂਰੀ ਦੁਨੀਆ ਦੇ ਇਤਿਹਾਸ ਤੋਂ ਵਾਕਫ, ਤੁਸੀਂ ਕਿਤੇ ਨਾ ਕਿਤੇ ਜ਼ਰੂਰ ਜਿਹੜਾ ਸਾਹਿਤ ਆ ਉਹ ਪੜ੍ਹਿਆ, ਤੁਸੀਂ ਕੀ ਮੰਨਦੇ ਹੋ ਇੱਕ ਲੇਖਕ ਨੂੰ ਲਿਖਣ ਤੋਂ ਪਹਿਲਾਂ ਕਿੰਨਾ ਕੁ ਪੜ੍ਹਨ ਦੀ ਲੋੜ ਆ? ਲੇਖਕ ਨੂੰ ਪੜ੍ਹਨ ਦੀ ਲੋੜ ਕਿੰਨੀ ਕੁ ਆ, ਇਹਦੀ ਤਾਂ ਕੋਈ ਲਿਮਿਟ ਹੀ ਨਹੀਂ ਬਣਾਈ ਕਿਸੇ ਨੇ, ਜਿੰਨਾ ਪੜ੍ਹ ਲੂ ਲੇਖਕ ਜੋ ਲਿਖਦਾ ਵਾ ਇੱਕ ਗਿਆਨ ਪੜ੍ਹ ਕੇ ਜਿਹੜਾ ਹਾਸਲ ਕਰਦਾ ਉਹੀ ਲਫ਼ਜ਼ ਬਣ ਕੇ ਗੀਤ ਦਾ ਰੂਪ ਧਾਰਨ ਕਰਕੇ ਕਾਪੀ ਦੇ ਹਿੱਕ ਦੇ ਉੱਤੇ ਚੜ੍ਹਦਾ ਵਾ, ਜਿੰਨਾ ਉਹਦੇ ਅੰਦਰ ਗਿਆਨ ਵਾ ਉਹ ਉਹਨੇ ਗੀਤ ਬਣਨੇ ਆ, ਜਿੰਨਾ ਗੁੜ ਪਾਊ ਉਨਾ ਹੀ ਮਿੱਠਾ ਹੋਊ, ਜੇ ਚੂੰਡੀ ਕਪਾ ਕੇ ਚਾਹ ਮਿੱਠੀ ਨਹੀਂ ਬਣਦੀ ਹੈ। ਮੈਂ ਗੀਤਕਾਰ ਤਾਂ ਵੱਡੇ ਵੱਡੇ ਮੇਰੇ ਤੋਂ ਪਏ ਆ, ਵੀ ਬਿੱਟੂ ਸੇਠ ਵਧੀਆ ਵਧੀਆ ਪਏ, ਮੇਰੇ ਗੁਰੂ ਜੀ ਦਾ ਕੋਈ ਰੀਸ ਹੀ ਨਹੀਂ ਕਰਨੀ ਔਖੀ ਹੈ, ਦੇਵ ਤਰੀਕੇ ਵਾਲੇ ਦੀ, ਬਾਬੂ ਸਿੰਘ ਮਾਨ, ਵੱਡੇ ਵੱਡੇ ਲੋਕ ਨੇ, ਪਰ ਜਿਹੜੀ ਨਾ ਪੜ੍ਹਨ ਵਾਲੇ ਮਾਮਲੇ ਦੇ ਵਿੱਚ ਮੈਂ ਕਈ ਉਹਨਾਂ ਨੂੰ ਕਹਿਣਾ ਹੁੰਦਾ ਵੀ ਮੇਰਾ ਨਾ ਰਿਕਾਰਡ ਤੁਸੀਂ ਪੜ੍ਹਨ ਵਾਲੇ ਮਾਮਲੇ ਨਹੀਂ ਤੋੜ ਸਕਦੇ, ਮੈਂ ਤਾਂ ਜਨੂੰਨੀ ਵਸਤ ਤੱਕ ਪੜ੍ਹਿਆ ਵਾ, ਉਹਨਾਂ ਕਿਤਾਬਾਂ ਦੀ ਗਿਣਤੀ ਨਹੀਂ ਕੋਈ, ਤੁਹਾਡੀ ਆਕਾਰ ਉਨੀਆਂ ਕਿਤਾਬਾਂ ਚੱਕ ਨਹੀਂ ਸਕਦੀ, ਇਹ ਸਲਿੱਪ ਕੱਢਣ ਲੱਗ ਜੂਗੀ ਜਿੰਨੀਆਂ ਮੈਂ ਕਿਤਾਬਾਂ ਆਪਦੀ ਜ਼ਿੰਦਗੀ 'ਚ ਪੜ੍ਹੀਆਂ। ਪੰਜਾਬੀ ਦੀ ਕਿਤਾਬ ਕੋਈ ਕਿੱਸਾ ਪੁਰਾਣਾ 10 ਸਾਲ ਦਾ ਜਦੋਂ ਮੈਂ ਪੜ੍ਹਨ ਲੱਗ ਗਿਆ, ਕੋਈ ਨਾਵਲ, ਕੋਈ ਸਾਹਿਤਕ ਚੀਜ਼, ਵੱਡੇ ਜਸਵੰਤ ਕਮਲੋਣੀ, ਜਿਹੜੇ ਵੱਡੇ ਵੱਡੇ ਰਾਈਟਰ ਨੇ, ਨਾਨਕ ਸਿੰਘ, ਜਸਵੰਤ ਕਮਲ, ਬੂਟਾ ਸਿੰਘ ਸ਼ਾਦ, ਗੁਰਦਿਆਲ ਸਿੰਘ, ਅੰਮ੍ਰਿਤਾ ਪ੍ਰੀਤਮ, ਇਹਨਾਂ ਦੀ ਤਾਂ ਕੋਈ ਕੋਈ ਕਿਤਾਬ ਰਹਿ ਗਈ ਜਿਵੇਂ ਤੋਂ ਪੜ੍ਹਨੀ ਹੋਈ। ਹਿੰਦੀ ਦੇ ਵੀ ਬੜੇ ਬੜੇ ਗੁਲਸ਼ਨ ਨੰਦਾ ਵਰਗੇ ਨਾਵਲਕਾਰ, ਵੇਦ ਕੁਮਾਰ ਸ਼ਰਮਾ, ਸੁਰਿੰਦਰ ਮੋਹਨ ਪਾਠ ਕਰਕੇ ਹੋਏ ਨੇ, ਪੰਜਾਬੀ ਦੇ ਹੋਰ ਮੰਨੇ ਪ੍ਰਮੰਨੇ ਸਾਹਿਤਕਾਰ, ਉਹਨਾਂ ਦੀ ਕੋਈ ਕੋਈ ਕਿਤਾਬ ਰਹਿ ਗਈ ਜਿਹੜੀ ਮੈਨੂੰ ਮਿਲ ਨਹੀਂ ਸਕੀ? ਰੱਜ ਕੇ ਪੜ੍ਹਿਆ ਕਰਕੇ ਉਹ ਜਨੂੰਨ ਦੀ ਵਸਤਾ ਤੱਕ ਪੜ੍ਹਿਆ ਮੈਂ, ਔਰ ਪੜ੍ਹ ਕੇ ਚੇਤੇ ਵੀ ਕੀਤਾ। ਹੁਣ ਮੈਂ ਹਰੀ ਸਿੰਘ ਨਲੂਆ ਜੇ ਜੱਗੇ ਜੱਟ ਦੇ ਉੱਤੇ 14 ਡਾਕੇ ਲਿਖੇ ਨੇ, ਜੱਗੇ ਜੱਟ ਦੀ ਹਿਸਟਰੀ ਲੱਭੀ, ਬੜੀ ਮਿਹਨਤ ਕਰਕੇ, ਪਹਿਲਾਂ ਅਖਬਾਰ ਤੋਂ ਸ਼ੁਰੂ ਹੋਈ, ਫਿਰ ਮੈਂ ਕਿਤੋਂ ਕਿਤਾਬਾਂ ਲੱਭ ਕੇ ਲਿਆ, ਮੈਨੂੰ ਕਹਿੰਦੇ ਉੱਥੋਂ ਮਿਲ ਜਾਣਗੀਆਂ, ਪੜ੍ਹਿਆ ਫਿਰ ਉਹਨਾਂ ਨੂੰ 2 ਸਾਲ ਹਰੀ ਸਿੰਘ ਨਲੂਏ ਦੀ 4 ਕਿਤਾਬਾਂ ਨੂੰ ਪੜ੍ਹਿਆ, ਪੜ੍ਹ ਕੇ ਚੇਤੇ ਕੀਤਾ, ਫਿਰ ਉਹਦੇ 'ਤੇ ਲਿਖਿਆ, ਬਿਨਾਂ ਸਬੂਤ ਤੋਂ। ਕੱਲ੍ਹ ਨੂੰ ਕੋਈ ਸਵਾਲ ਕਰੇ ਮੇਰੇ 'ਤੇ ਵੀ ਆਹ ਗੱਲ ਐਵੇਂ ਲਿਖਤੀ, ਉਹ ਮੈਨੂੰ ਮਨਮੋਹਨ ਵਾਸ ਨੇ ਕਿਹਾ, ਗੁਰੂ ਜੀ ਕਹਿੰਦੇ ਲਿਖਣੀ ਨਹੀਂ, ਕੱਲ੍ਹ ਨੂੰ ਐਵੇਂ ਕੰਟਰੋਵਰਸੀ ਵਾਲਾ, ਕਹਿੰਦਾ ਇਹ ਕੋਲੋਂ ਛੱਡਤੀ ਆਪਦੇ, ਜਿਹੜੀ ਚੀਜ਼ ਪੜ੍ਹਦਾ ਚੰਗੇ ਇਤਿਹਾਸਕਾਰ ਦੀ ਲਿਖੀ, ਪੜ੍ਹ ਕੇ ਫਿਰ ਉਹਨਾਂ ਨੂੰ ਵਿਚਾਰਦਾ, ਵਿਚਾਰ ਕੇ ਫਿਰ ਉਹਨੂੰ ਪੂਰੇ ਸ਼ਾਇਰਾਨਾ ਅੰਦਾਜ਼ 'ਚ ਕਨਾਤਰਿਆਂ ਲਿਖਦਾ, ਫਿਰ ਕਾਮਯਾਬ ਹੁੰਦੀ ਆ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸਰਦਾਰ ਹਰੀ ਸਿੰਘ ਨਲੂਆ 'ਤੇ, ਵੀ ਤੁਹਾਡੀ ਇੱਕ ਗੀਤ ਜਿਹੜਾ ਰਚਨਾ ਆ ਰਹੀ ਹੈ, ਅਤੇ
ਅਤੇ ਬਾਹਲੀ ਮਾਲੂਮਾਤ ਨਹੀਂ ਸੀ ਉਹਦੇ ਬਾਰੇ, ਛਪਿਆ ਵੀ ਹੈ ਨਹੀਂ ਕੋਈ। ਅਤੇ ਫਿਰ ਮੈਂ ਜਦੋਂ ਕਹਿਣ ਲੱਗ ਗਏ, ਮੈਂ ਕੋਸ਼ਿਸ਼ ਕੀਤੀ, ਕਿਤਾਬ ਨਾ ਲੱਭੇ ਉਦੋਂ ਕਿਤੋਂ। ਸਾਡੇ ਪਿੰਡ ਇੱਕ ਮੁੰਡਾ ਕਹਿੰਦਾ, ਮੈਂ ਉਹਨੂੰ ਕਿਹਾ ਵੀ ਕਿਤੇ ਨਲੂਏ ਦੀ ਕਿਤਾਬ ਮਿਲੀ ਲਿਆਇਓ, ਤੁਸੀਂ ਪੜ੍ਹਦੇ ਹੋ ਮੁੰਡੇ ਹੋ ਕਾਲਜਾਂ 'ਚ। ਉਹ ਕਹਿੰਦਾ, ਇੱਕ ਮੁੰਡਾ ਕਹਿੰਦਾ ਜੀ ਮੇਰੇ ਕੋਲ ਹੈਗੀ, ਘਰੇ ਦੇਖਿਓ। ਉਹ ਬਾਹਲਾ ਸ਼ੌਂਕੀ ਤਾਂ ਹੈ ਨਹੀਂ, ਉਹਨੇ ਮੈਨੂੰ ਕਿਤਾਬ ਫੜਾਈ, ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਲਿਆਂ ਦੀ 1932 ਦੀ ਲਿਖੀ ਹੋਈ ਨਲੂਏ ਦਾ ਇਤਿਹਾਸ। ਜਦੋਂ ਮੈਂ ਪੜ੍ਹੀ ਉਹਦਾ ਤਾਂ ਮੈਂ ਤਾਂ ਹੋ ਗਿਆ ਖੁਸ਼। ਅਤੇ ਜਦੋਂ ਪੜ੍ਹੀ ਉਹਦੇ ਵਿੱਚ ਬਹੁਤ ਹੀ ਡਿਟੇਲ ਨਾਲ ਹਿਸਟਰੀ, ਇਹੀ ਜਿਹੀ ਹਿਸਟਰੀ ਬਿਆਨ ਕੀਤੀ ਹੋਈ ਹੈ ਪੂਰੇ ਸਬੂਤਾਂ ਦੇ ਨਾਲ, ਫਿਰ ਉਹਨੂੰ ਮੈਂ ਪੜ੍ਹਿਆ, ਲੰਮਾ ਸਮਾਂ ਪੜ੍ਹੀ ਗਿਆ, ਕਈ ਵਾਰ ਪੜ੍ਹੀ, ਯਾਦ ਕੀਤੀ, ਸਾਰੀਆਂ ਘਟਨਾਵਾਂ ਯਾਦ ਕੀਤੀਆਂ। ਅਤੇ ਕਈ ਸਵਾਲ ਸੀ ਲੋਕਾਂ ਦੇ ਵੀ ਹਰੀ ਸਿੰਘ ਨੂੰ, ਮੈਂ ਵੀ ਸੋਚਦਾ ਸੀ ਵੀ ਹਰੀ ਸਿੰਘ ਹੋਇਆ ਸਰਦਾਰ ਜੀ ਹੋਏ ਨੇ, ਉਹ ਨਲੂਆ ਸਾਡਾ ਕੋਈ ਗੋਤ ਵੀ ਹੈ ਨਹੀਂ ਗਾ, ਕੋਈ ਤਖਾਲਸ ਵੀ ਨਹੀਂ ਸੁਣਿਆ, ਉਹਨੂੰ ਨਲੂਆ ਕਿਉਂ ਕਹਿੰਦੇ ਸੀਗੇ? ਅਤੇ ਇਹ ਮੇਰੀ ਜਿਹਨ 'ਚ ਕੁਹਾ 'ਚ ਰਹਿੰਦਾ ਸੀ। ਜਦੋਂ ਮੈਂ ਕਿਤਾਬ ਪੜ੍ਹੀ ਫਿਰ ਕਲੀਅਰ ਹੋ ਗਿਆ ਵੀ ਉਹ ਕੌਣ ਸੀ, ਕਿਹੜੇ ਗੋਤ ਨਾਲ ਸੰਬੰਧ ਰੱਖਦਾ ਸੀ, ਕਿੰਨੀ ਉਮਰ 'ਚ ਰਣਜੀਤ ਸਿੰਘ ਕੋਲ ਆਏ, ਕੀ ਉਹਨਾਂ ਨੇ ਕੀਤਾ, ਪਹਿਲਾਂ ਆਮ ਸੇਵਾਦਾਰ ਸੀ, ਫਿਰ ਉਹ ਜਰਨਲ ਫੌਜ ਦੇ ਬਣੇ, ਕਿੱਥੇ ਕਿੱਥੇ ਗਵਰਨਰ ਲੱਗੇ, ਕਿਵੇਂ ਕਿੰਨੇ ਮਸ਼ਹੂਰ ਹੋ ਗਏ ਸੀ। ਉਹੋ ਜਿਹਾ ਬੰਦਾ ਸਿੱਖ ਹਿਸਟਰੀ 'ਚ ਤਾਰੀਫ ਤਾਂ ਅਸੀਂ ਰਣਜੀਤ ਸਿੰਘ ਦੀ ਕਰਦੇ ਹਾਂ, ਪਰ ਤਾਰੀਫ ਦੇ ਕਾਬਲ ਜਿੰਨਾ ਹਰੀ ਸਿੰਘ ਨਲੂਆ ਵਾ, ਸਾਡੇ ਗੁਰੂ ਗੋਬਿੰਦ ਸਿੰਘ ਤੋਂ ਬਾਅਦ, ਬੰਦਾ ਸਿੰਘ ਬਹਾਦਰ ਤੋਂ ਬਾਅਦ, ਉਹਨਾਂ ਵਰਗਾ ਹਰੀ ਸਿੰਘ ਨਲੂਏ ਨੂੰ ਕਹਿ ਸਕਦਾ। ਬਾਕੀ ਮੇਰੇ ਗੀਤ ਆਉਣਗੇ, ਤੁਹਾਨੂੰ ਸਾਬਤ ਕਰ ਦੇਣਗੇ ਵੀ ਨਲੂਏ ਵਰਗੀ ਨਾ ਮੁਸਲਮਾਨ ਅਤੇ ਹਿੰਦੂ ਜੋ ਉਹਨੂੰ ਰੱਬ ਸਮਝਦੇ ਸੀ, ਜਿਵੇਂ ਸਾਡੇ ਗੁਰੂ ਸਾਹਿਬ ਕੋਲ ਕਸ਼ਮੀਰੀ ਪੰਡਿਤ ਆਏ ਸੀ, ਇਵੇਂ ਲੋਕ ਉਹਦੇ ਕੋਲ ਬੇਨਤੀ ਕਰਨੇ ਜਾਂਦੇ ਸੀ। ਗਾਂ ਮੈਂ ਜਦੋਂ ਉਹਦੇ ਗੀਤ ਰਿਕਾਰਡ ਹੋਏ, ਸਭ ਕੁਛ ਭੁਲੇਖੇ ਦੂਰ ਕਰੂੰ ਮੈਂ, ਮਹਾਨ ਹਸਤੀ ਹੋਈ, ਮਹਾਨ ਜਰਨੈਲ ਹੋਇਆ, ਦੁਨੀਆ ਵੀ ਮੰਨਦੀ ਹਰੀ ਸਿੰਘ ਨਲੂਏ ਨੂੰ, ਉਹਦੇ 'ਤੇ ਫਿਰ ਮੈਂ ਪੂਰੀ ਤਸੱਲੀ ਕਰਕੇ ਲਿਖਿਆ ਜੀ ਉਹਦੇ 'ਤੇ। ਜਿਸ ਤਰ੍ਹਾਂ ਤੁਹਾਡੀ ਜਿਹੜੀ ਕਲੀ ਇੱਕ ਵਾਰਸ ਮਨਮੋਹਨ ਹੋਣਾ ਨੇ ਗਾਈ, ਅਤੇ ਉਹ ਕਲੀ ਨੂੰ ਅਵਾਰਡ ਵੀ ਮਿਲਿਆ, ਅਜਿਹੀ ਕਿਹੜੀ ਖਾਸੀਅਤ ਸੀ ਕਿ ਉਹ ਕਲੀ ਨੂੰ ਲੋਕਾਂ ਨੇ ਇੰਨਾ ਪਿਆਰ ਦਿੱਤਾ? ਉਹ ਇੱਕ ਤਾਂ ਸ਼ਬਦਾਵਲੀ ਕਹਿ ਲਓ ਵੀ ਸਮਾਜਿਕ ਲੋਕ ਤੱਥ ਕਲੀਆਂ ਵਿੱਚ ਘੱਟ ਆਏ ਨੇ। ਕਲੀਆਂ ਦੇ ਵਿੱਚ ਯੋਧਿਆਂ ਦੀਆਂ 12 ਗਾਈਆਂ ਗਈਆਂ ਨੇ, ਹੀਰ ਨੂੰ, ਰਾਂਝੇ ਨੂੰ, ਮਿਰਜ਼ੇ ਨੂੰ, ਸਾਹਿਬਾਂ ਨੇ, ਗੁਰੂ ਜੀ ਨੇ ਲਿਖਿਆ। ਕਲੀਆਂ ਤੋਂ ਲੋਕ ਕਲਪਨਾ ਕਰਦੇ ਸੀ ਬਈ ਕਲੀਆਂ ਇਹਨਾਂ ਲੋਕਾਂ 'ਤੇ ਹੁੰਦੀਆਂ ਵਾ, ਮਿਰਜ਼ਾ ਸਾਹਿਬਾਂ ਦੀਆਂ ਕਲੀਆਂ ਹੋਈਆਂ, ਅੱਗੇ ਅਮਰ ਸਿੰਘ ਸ਼ੌਂਕੀ ਗਾਉਂਦੇ ਹੁੰਦੇ ਸੀਗੇ। ਮੈਂ ਕਿਹਾ ਵੀ ਉਹਨਾਂ 'ਤੇ ਹੋਈਆਂ ਕਲੀਆਂ ਲੋਕਾਂ 'ਤੇ ਕਦੇ ਨਹੀਂ ਹੋ ਸਕਦੀਆਂ, ਫਿਰ ਮੈਂ ਆਮ ਲੋਕ ਤੱਥ ਕਲੀਆਂ 'ਚ ਲਿਆਂਦੇ। ਆਵਾ ਕੱਚਾ ਹੋਵੇ, ਬੱਦਲ ਚੜ੍ਹ ਕੇ ਆ ਜਾਵੇ, ਮੂੰਹ ਫਿਰ ਦੇਖਣ ਵਾਲਾ ਹੁੰਦਾ ਹੈ ਘੁਮਿਆਰ ਦਾ, ਘੁੱਗੀ ਘੂੰ ਘੂੰ ਕਰਦੀ, ਜੜਦੀ ਸਦਾ ਬਨੇਰੇ 'ਤੇ, ਲੁਕਦੀ ਫਿਰਦੀ ਹੈ ਜਦ ਸ਼ਾਹੂਕਾਰ ਲਲਕਾਰਦਾ, ਜਾਨ ਗੱਭਰੂ ਦੀ ਭੱਜ ਵੜਦੀ ਵਿੱਚ ਮੁੱਠੀ 'ਤੇ, ਹੁਸਨ ਕੁਵਾਰਾ ਜਿਸ ਵੇਲੇ ਨਹਾ ਕੇ ਬਾਲ ਖਿਲਾਰਦਾ, ਸੋਹਣਾ ਲੱਗਦਾ ਗੈਰ ਦੀ ਗੱਡੀ ਪਜੈਰੋ ਨਾਲੋਂ ਬਈ, 15 ਸਾਲ ਪੁਰਾਣਾ ਚੇਤਕ ਜਿਗਰੀ ਯਾਰਦਾ, ਬੈਠਾ ਚੌਕੀ ਮਾਂ 'ਚ ਲਿਖਦਾ ਧਾਲੀ ਵਾਲ ਬਈ, ਕੁੰਡਾ ਸਿੰਘ ਲਿਖਾਰੀ ਪੁੱਤ ਜੋ ਨੰਬੜਦਾਰ ਦਾ। ਬਾਰਸ ਨੇ ਗਾਈ, ਉਹਨੇ ਤਾਂ ਸੁਣੇ ਦੇ ਸੁਹਾਗਾ ਹੋ ਗਿਆ। ਉਹ ਗੱਭਰੂ ਦੀ ਆਵਾਜ਼ ਵਾਕਈ ਕਮਾਲ ਕਰਦੀ ਹੈ, ਉਹਨੂੰ PDC ਨੇ ਅਵਾਰਡ ਦਿੱਤਾ ਸੀ। ਅੱਛਾ, ਜਦੋਂ ਤੁਸੀਂ ਲਿਖਦੇ ਹੋ, ਤੁਸੀਂ ਲਿਖਣ ਵੇਲੇ ਮਨ 'ਚ ਸੋਚਦੇ ਹੋ ਕਿ ਮੈਂ ਇਹ ਗੀਤ ਫਲਾਣੇ ਗਾਇਕ ਨੂੰ ਦੇਣਾ, ਜਾਂ ਗਾਇਕਾਂ ਦੀ ਖੁਦ ਮੰਗ ਹੁੰਦੀ ਹੈ ਕਿ ਸਾਨੂੰ ਧਾਲੀਵਾਲ ਸਾਹਿਬ ਇੱਦਾਂ ਦਾ ਗੀਤ ਆ ਸਾਨੂੰ ਦੇ ਦਿਓ? ਲਿਖਦਾ ਤਾਂ ਮੈਂ ਉਹ ਦੜੇ ਦਾ ਮਾਲ ਹੀ ਹੈ, ਜਿਹੜਾ ਮੈਨੂੰ ਖਿਆਲ ਆਇਆ ਮੈਂ ਉਹਨੂੰ ਕਾਪੀ 'ਤੇ ਚਾੜ ਦਿੰਦਾ ਘੋੜੇ 'ਤੇ, ਬਈ ਲਿਖਿਆ ਗਿਆ, ਪਤਾ ਲੱਗ ਜਾਂਦਾ ਵੀ ਇਹ ਕਿੰਨੇ ਏ ਕਲਾਸ ਹੈ, ਬੀ ਕਲਾਸ ਹੈ ਜਾਂ ਸੀ ਕਲਾਸ ਹੈ। ਸੀ ਕਲਾਸ ਨੂੰ ਤਾਂ ਮੈਂ ਕਹਿ ਦਿੰਦਾ ਵੀ ਸਤਿ ਸ਼੍ਰੀ ਅਕਾਲ, ਭਰੇ ਹਟ ਜਾ, ਬੀ ਨੂੰ ਰੱਖ ਲੈਣਾ ਵੀ ਤੇਰੇ 'ਤੇ ਵਿਚਾਰ ਕਰੂੰਗਾ, ਪਰ ਕਰਾਉਣੇ ਮੈਂ ਇਹ ਜੇ ਕਿਸੇ ਮੁੰਡੇ ਨੇ ਕਿਹਾ ਵੀ ਬੀ ਕਲਾਸ 'ਚੋਂ ਮੈਂ ਸੁਣਾਵਾਂ, ਉਹਦੇ ਪਸੰਦ ਆ ਗਿਆ ਫਿਰ ਤੈਨੂੰ ਆ, ਨਹੀਂ ਤੂੰ ਆਸ ਨਾ ਰੱਖੀ ਮੇਰੇ 'ਤੇ, ਨਾਰਾਜ਼ ਨਾ ਹੋਈ, ਇਹ ਖੁੱਡੇ ਲੈਣ ਲੱਗ ਜਾ। ਅਤੇ ਉਹ ਫਿਰ ਮੈਨੂੰ ਪਤਾ ਲੱਗਦਾ ਵੀ ਜਦੋਂ ਮੁੰਡਾ ਜਿਹੜਾ ਗਾਉਂਦਾ, ਮੈਨੂੰ ਇੰਨਾ ਗਿਆਨ ਹੈ ਇਸ ਕਰਕੇ ਗੀਤ ਕਾਮਯਾਬ ਹੁੰਦੇ ਆ, ਮਾਲਕ ਦੀ ਦਾਤ ਆ, ਵੀ ਆਹ ਮੁੰਡਾ ਇਸ ਗੀਤ ਨੂੰ ਗਾਵੇ ਤਾਂ ਸੁਪਰਹਿੱਟ ਜਾਊ। ਉਹ ਕਾਫੀਏ ਦੀ ਗੱਲ ਹੁੰਦੀ ਹੈ ਵੀ ਇਹ ਜਵਾਨ ਨੂੰ ਕਿਹੜਾ ਕਾਫੀਆ ਸ਼ੂਟ ਕਰਦਾ, ਜਿਹੜੀ ਉਹ ਗੱਲ ਕਰ ਹੀ ਨਹੀਂ ਸਕਦਾ, ਜਿਹੜੀ ਗੱਲ ਉਹਦੇ ਜਵਾਨ ਤੋਂ ਨਹੀਂ ਸਜਦੀ, ਜੇ ਮੈਂ ਉਹ ਤੋਂ ਕਰਾਵਾਂ ਅਤੇ ਉਹ ਫਿਰ ਨਹੀਂ ਕਾਮਯਾਬ ਹੁੰਦੀ। ਇੰਨਾ ਕੁ ਮੈਨੂੰ ਪਤਾ ਹੋਇਆ, ਮੁੰਡਿਆਂ ਨੂੰ ਕਹਿ ਦੇਣਾ ਵੀ ਤੂੰ ਆਹ ਗੀਤ, ਉਹ ਕਹਿੰਦਾ ਜੀ ਇਹੋ ਜਿਹਾ ਗੀਤ ਚਾਹੀਦਾ, ਮੈਂ ਕਿਹਾ ਵੀ ਆਹ ਤੇਰੇ ਆ ਗਏ ਗੀਤ, ਪੁੱਛ ਲੈਂਦਾ ਤੂੰ ਕਿਹੋ ਜਿਹਾ ਗਾਉਣਾ, ਮੈਨੂੰ ਦੱਸ ਗੀਤ ਤੇਰੇ ਕਿਹੜਾ ਕਿਹੜੇ ਪਸੰਦ ਵਾ ਜੋ ਗਾਏ ਆ। ਉਹ ਆਪਦੀ ਪਸੰਦ ਗਾਉਂਦਾ, ਫਿਰ ਉਹ 'ਚ ਮੈਂ ਛਾਂਟ ਕੇ ਉਹਨੂੰ ਲੈਣਾ ਵੀ ਆਹ ਗੀਤ ਚਾਰ ਆ, ਚਾਰਾਂ 'ਚੋਂ ਕੋਈ ਕਰਦੇ ਸੁਪਰ ਹਿੱਟ ਹੋਊਗਾ, ਅਤੇ ਉਹ ਤੋਂ ਉਹਦਾ ਗੀਤ ਗਾਇਆ ਹੈ, ਉਹ ਤੋਂ ਮੈਂ ਕੋਲੇ ਬਿਠਾ ਕੇ ਸੁਣ ਲੈਂਦਾ। ਮੈਨੂੰ ਪਤਾ ਲੱਗ ਜਾਂਦਾ ਵੀ ਆਹ ਕਾਫੀ ਇਹਦੀ ਇਹ ਗੱਲ ਕਰੇ ਤਾਂ ਫਿਰ ਇਹ ਨਾ ਕੁਛ ਇਹਦਾ ਮੁੱਲ ਪਊਗਾ, ਇਸ ਕਰਕੇ ਪੈ ਰਿਹਾ। ਇੰਨੀ ਕੁ ਮੈਨੂੰ ਮਾਲਕ ਨੇ ਅਕਲ ਦਿੱਤੀ ਹੈ ਅਤੇ ਉਹਦੇ ਨਾਲ ਮੈਂ ਚਲਾਈ ਜਾਂਦਾ ਕੰਮ, ਉਹ ਤਾਂ ਵਧੀਆ ਚੱਲ ਰਿਹਾ ਜੀ ਜੀ। ਅੱਛਾ, ਗਗਨ ਅਨਮੋਲ ਮਾਨ ਜਿਹੜੀ ਅੱਜ ਕੱਲ੍ਹ ਪੰਜਾਬੀਆਂ ਦਿਲਾਂ 'ਤੇ ਰਾਜ ਕਰ ਰਹੀ ਆਵਾਜ਼ ਹੈ ਇੱਕ, ਤੁਸੀਂ ਉਹਨਾਂ ਨੂੰ ਜਿਹੜੇ ਗੀਤ ਦਿੱਤੇ ਇੱਕ ਕਿਸਮ ਦੇ ਅਮਰ ਹੋ ਗਏ, ਉਹਨਾਂ ਨੇ ਕਾਲਾ ਸ਼ੇਰ ਤੁਹਾਡਾ ਗੀਤ ਗਾਇਆ, ਲੁਧਿਆਣਾ ਮੋਗਾ ਰੋਡ 'ਤੇ ਜੱਟ ਦਾ ਬੁਲਟ ਮਾਰੇ ਵੜਕਾਂ, ਇਹ ਬੁਲਟ ਦੀ ਜਿਹੜੀ ਗੱਲ ਆ ਲੁਧਿਆਣਾ ਮੋਗਾ ਰੋਡ 'ਤੇ ਤੁਹਾਡੇ ਚੌਂਕੀ ਮਾਨ ਦੇ ਨੇੜੇ ਤੇੜੇ ਤੁਸੀਂ ਕੀਤੀ ਹੈ, ਇਹਦਾ ਪਲਾਟ ਕਿਵੇਂ ਆਇਆ ਦਿਮਾਗ 'ਚ? ਇਹਦਾ ਪਲਾਟ, ਮੈਂ 3K ਰਹਿੰਦਾ ਸੀ। ਅੱਛਾ, ਜਦੋਂ ਮੈਂ ਪਿੰਡ ਚੌਕੀ ਮਾਨ ਨੂੰ 4 ਸਾਲ ਹੋ ਗਏ ਮੈਨੂੰ ਆਏ ਨੂੰ, ਚੌਕੀ ਮਾਨ ਨੂੰ ਘਰ ਪਾਉਣ ਲੱਗ ਗਏ, ਇੱਥੇ ਮੈਂ ਚੌਕੀ ਮਾਨ ਨੂੰ ਆਉਂਦਾ ਸੀ, ਉਹੀ ਐਕਟਿਵਾ ਹੰਡਾ 'ਤੇ, ਗਰਮੀ ਦੇ ਦਿਨ ਸੀ, 3K ਦੇ ਤੇ ਮੈਂ GT ਰੋਡ 'ਤੇ ਆਪਦੀ ਐਕਟਿਵਾ ਹੰਡਾ ਨੂੰ ਮੋੜਿਆ, ਉਹ 3K ਉੱਥੇ ਪਿੰਡ ਦੇ ਮੁੰਡੇ ਅਤੇ ਕੁੜੀ ਇੱਕ ਨਵੇਂ ਵਿਆਹੇ ਹੋਏ ਮੋਟਰਸਾਈਕਲ 'ਤੇ ਖੜ੍ਹੇ ਸੀ, ਉਹ ਗੰਨੇ ਦਾ ਰਸ ਪੀਂਦੇ ਸੀਗੇ। ਮੈਂ ਉਹਨਾਂ ਕੋਲ ਰੋਕ ਲਿਆ, ਕਹਿੰਦੇ ਅੰਕ ਜੀ
ਉਹ ਮੁੰਡਾ ਕਹਿੰਦਾ ਅੰਕਲ ਇਹ ਜਿਹੜੀ ਕੁੜੀ ਹੈ ਨਾ ਇਹ ਤੂੰ ਇਹਨੂੰ ਜਾਣਦਾ ਇਹਦੇ ਪਿਓ ਨੂੰ ਵੀ ਜਾਣਦਾ, ਇਹ ਕਹਿੰਦੀ ਮੈਂ ਨਹੀਂ ਜਾਣਾ ਕਾਰ 'ਚ, ਮੈਂ ਤਾਂ ਬੁਲਟ 'ਤੇ ਜਾਣਾ ਜਰਾਵਾਂ ਕੋਲ ਉਹਦੇ ਪੇਕੇ, ਕਹਿੰਦਾ ਜੱਟ ਚੱਲਿਆ ਸਹੁਰਿਆਂ ਨੂੰ ਛੱਡ ਕੇ ਨਹੀਂ ਆਉਣੀ, ਮੋੜ ਵੀ ਨਾਲ ਹੀ ਲਿਆਉਣੀ ਹੈ, ਅਤੇ ਇਹ ਕਹਿੰਦੀ ਹੈ ਮੈਂ ਤਾਂ ਫਿਰ ਚੱਲਿਆ। ਅਤੇ ਜਦੋਂ ਜੂਸ ਪੀਤਾ ਉਹ ਕੁੜੀ ਕਹਿੰਦੀ ਅੰਕਲ ਜੀ ਸਾਡੇ ਬੁਲਟ 'ਤੇ ਗੀਤ ਲਿਖੋ। ਮੈਂ ਕਿਹਾ ਵੀ ਲਿਖ ਦਿੰਦੇ ਹਾਂ, ਇਹ ਕਿਹੜੀ ਗੱਲ ਆ, ਦੱਸੋ ਕਿੰਨੇ ਦਾ ਆਉਂਦਾ। ਪਹਿਲਾਂ ਮੇਰੀ ਸਲਾਹ ਸੀ ਵੀ ਕਹਿੰਦੇ 98,000 ਦਾ ਆਉਂਦਾ, ਕਹਿੰਦੇ ਨਹੀਂ ਜੀ ਸਾਡਾ ਨਾ ਸਾਰੇ ਪੈਸੇ ਪੂਸੇ ਲਾਏ ਸ਼ਾਏ ਪਾ ਕੇ ਇਹ 1,44,000 ਦਾ ਬਣ ਗਿਆ। ਮੈਂ ਕਿਹਾ ਜੀ ਡੇਢ ਕਹਿ ਸਕਦੇ ਹਾਂ, ਕਹਿੰਦੇ ਜੀ ਕਹਿ ਸਕਦੇ ਹਾਂ, ਹੋਰ ਉੱਤੇ ਕੋਈ ਲਾ ਦਿਆਂਗੇ ਇਹਦੇ, ਡੇਢ ਦਾ ਬਣ ਜੂਗੇ। ਅਤੇ ਫਿਰ ਉਹ ਤਰੀਕਿਆਂ ਤੋਂ ਲੁਧਿਆਣੇ ਨੂੰ ਆਉਂਦੇ, ਉਹੀ ਕਹਾਣੀ ਹੈ ਮੇਰੀ। ਮੁੱਲਾਪੁਰ ਆ ਕੇ ਕਹਿੰਦੀ ਤੇਲ ਤੂਲ ਪਾ ਲਈਏ, ਅਤੇ ਚੌਕੀ ਮਾਨ ਗਿਆ, ਮੈਂ ਖੜਨਾ ਸੀ ਜਰਾਵੀਂ ਦਿਖਾ ਨਹੀਂ ਸਕਦਾ ਸੀਗਾ ਉਹਨੂੰ, ਫਿਰ ਮੈਂ ਤਰੀਕਿਆਂ ਤੋਂ ਤੋਰ ਕੇ ਚੌਕੀ ਮਾਨ ਲਗਾ ਤਾ। ਇਹੀ ਕਹਾਣੀ ਰਾਹ 'ਚ ਠੱਟਾਂ ਵਾਲੇ ਠੇਕੇ ਦੀ ਲਿਖਤੀ, ਅਨਮੋਲ ਨੂੰ ਸੁਣਾਇਆ, ਉਹਦੇ ਪਸੰਦ ਆ ਗਿਆ ਸੀ, ਪਰ ਉਹ ਕਹਿੰਦੀ ਨਾ ਉਹਦੇ ਦੋ ਗੀਤ ਪਹਿਲਾਂ ਚੱਲੇ ਸੀ ਪਰ ਉਹਨੂੰ ਕਾਮਯਾਬੀ ਨਹੀਂ ਮਿਲੀ ਸੀ, ਤਿੰਨ ਗਾਲੇ ਪਹਿਲਾਂ ਉਹਨੇ, ਅਤੇ ਉਹਨੂੰ ਮੈਂ ਕਿਹਾ ਵੀ ਕੁੜੀ ਆ ਗੀਤ ਗਾ ਲਾ ਤੂੰ ਸਟਾਰ ਬਣ ਜਾਏਗੀ। ਤੁਹਾਡੇ ਲਿਖੇ ਗਾਏ ਸੀ ਪਹਿਲੇ? ਨਹੀਂ, ਹੋਰ ਕਿਸੇ ਦੇ ਸੀ ਉਹ। ਅਤੇ ਉਹ ਕਹਿੰਦੀ ਅੰਕਲ ਜੀ ਹੈ ਤਾਂ ਗੀਤ ਵਧੀਆ ਪਰ ਬੁਲਟ 'ਤੇ ਬਾਹਲੇ ਆ ਗਏ। ਮੈਂ ਕਿਹਾ ਵੀ ਬਾਹਲੇ ਜਿਹੜੇ ਆ ਗਏ ਨਾ ਉਹ ਇਸ ਤਰ੍ਹਾਂ ਨਹੀਂ ਲਿਖੇ ਹੋਏ, ਮੈਨੂੰ ਆਪਦੀ ਸ਼ੈਰੀ 'ਤੇ ਮਾਣ ਆ, ਮੈਂ ਜਿਹੜੀ ਗੱਲ ਕੀਤੀ ਆ ਉਹ ਇਸ ਅੰਦਾਜ਼ ਨਾਲ ਕਿਸੇ ਨੇ ਨਹੀਂ ਕੀਤੀ, ਤੂੰ ਗਾ ਦੇ ਤੇਰੇ ਮੂੰਹ ਛੱਜਣਾ ਬੜਾ। ਅਤੇ ਕਈ ਮਹੀਨੇ ਤੋਂ ਅੜਕੀ ਰਹੀ, ਫਿਰ ਉਹਨੇ ਕਹਿ ਤਾ ਠੀਕ ਆ ਜੀ ਮੈਂ ਗਾਉਣੀ ਹੈ। ਅਤੇ ਜਦੋਂ ਉਹਨੇ ਗਾਇਆ ਮੈਂ ਉਹਨੂੰ ਦੱਸਤਾ ਵੀ ਇਹ ਗੀਤ ਨੇ ਤਰਥੱਲੀ ਵਜਾ ਦੇਣੀ ਹੈ। ਉਹ ਕਹਿੰਦੀ ਜੀ ਹੁਣ ਮੈਨੂੰ ਪਤਾ ਲੱਗ ਗਿਆ, ਮੈਂ ਉਹਨੂੰ ਕਿਹਾ ਤੂੰ ਸਟੇਜਾਂ 'ਤੇ ਗਾ ਲਾ ਗੀਤ, ਛੋਟ ਦੇ ਤੀ ਮੇਰੇ ਗੀਤ ਤੂੰ ਸਟੇਜਾਂ 'ਤੇ ਗਾ ਲਾ। ਉਹਨੇ ਗਾਏ, ਲੋਕਾਂ ਨੂੰ ਥੋੜ੍ਹੀ ਜਿਹੜੀ ਆ ਤੁਹਾਡਾ ਮਹਿਕਮਾ ਇੰਟਰਨੈਟ ਜਿਹਨੂੰ ਕਹਿੰਦੇ ਆ, ਇਹਦੇ 'ਤੇ ਲੋਕਾਂ ਦੇ ਮੈਸੇਜ ਆਏ ਜੀ ਔਰ ਗੀਤ ਰਿਕਾਰਡ ਕਰਾਓ। ਫਿਰ ਉਹ ਕਹਿੰਦੀ ਅੰਕਲ ਜੀ ਮੈਨੂੰ ਤਾਂ ਬਹੁਤ ਮੈਸੇਜ ਆਏ ਕਾਲਾ ਸ਼ੇਰ ਰਿਕਾਰਡ ਕਰਾਓ। ਮੈਂ ਕਿਹਾ ਮੈਂ ਤੈਨੂੰ ਪਹਿਲਾਂ ਕਹਿੰਦਾ ਸੀ, ਹੁਣ ਵੀ ਕਹਿੰਦੀ ਹੁਣ ਕਰਾਉਣੀ ਹੈ। ਮੈਂ ਕਿਹਾ ਕਰਾ ਦੇ, ਜਿੱਦਣ ਹੋ ਗਿਆ ਇੱਕ ਹਫ਼ਤੇ 'ਚ ਤੂੰ ਸੁਪਰ ਸਟਾਰ ਬਣੀ ਲਈ। ਜਦੋਂ ਰਿਕਾਰਡ ਹੋਇਆ ਉਹ ਤਾਂ ਕਹਿੰਦੀ ਅੰਕਲ ਬਾਪੂ ਤੁਹਾਡੀ ਗੱਲ ਪੱਕੀ ਹੋ ਗਈ। ਖੁਸ਼ ਵਾ, ਫਿਰ ਉਹਨਾਂ ਨੇ ਵੀ ਇੱਕ ਰੈਡ ਬਲਕਾਰੀ ਕੀਤਾ, ਉਹਦੀ ਹਾਲੇ ਵੀਡੀਓ ਨਹੀਂ ਬਣਾਈ। ਅਤੇ ਹੋਰ ਵੀ ਦੋ ਤਿੰਨ ਕੁੜੀਆਂ ਮੇਰੇ ਨਾਲ ਜੁੜੀਆਂ ਨੇ ਅਤੇ ਜਿਹੜੇ ਗਾਉਂਦੇ ਆ ਠੀਕ ਆ, ਮੈਂ ਮੇਰਾ ਚਿੱਤ ਖੁਸ਼ ਆ। ਬਸ ਕਾਲਾ ਸ਼ੇਰ ਉਹਨੂੰ ਕੁਛ ਨਾ ਕੁਛ ਬਣਾ ਗਿਆ, ਰਾਜਵੀਰ ਜੋਂਦੇ ਨੂੰ ਬਣਾ ਗਿਆ। ਮੈਨੂੰ ਖੁਸ਼ੀ ਆ ਵੀ ਮੇਰੇ ਗਾ ਕੇ ਕੋਈ ਸਟਾਰ ਬਣ ਜੇ, ਇਦੋਂ ਵੱਡਾ ਰੋ ਰੁਤਬਾ ਕੀ ਹੁੰਦਾ, ਬੜਾ ਪਿਆਰ ਸਤਿਕਾਰ ਮਿਲਦਾ ਲੋਕਾਂ ਦਾ। ਅੱਛਾ ਧਾਲੀਵਾਲ ਸਾਹਿਬ, ਜਿਸ ਤਰ੍ਹਾਂ ਆਮ ਕਰਕੇ ਆਪਾਂ ਵੇਖਦੇ ਹਾਂ ਗੀਤਾਂ ਦੇ ਵਿੱਚ ਇੱਕ ਜੱਟ ਸ਼ਬਦ ਬੜਾ ਵਰਤਿਆ, ਤੁਸੀਂ ਵੀ ਜੱਟ ਦਾ ਬੁਲਟ ਮਾਰੇ ਵਰਕਾਂ ਦੇ ਵਿੱਚ ਜੱਟ ਦੀ ਗੱਲ ਕੀਤੀ। ਜੱਟਵਾਦ ਧੜਾ ਤਾਂ ਕਰਦਾ ਖੜਾ, ਪੰਜਾਬੀ ਸ਼ਾਇਰੀ ਹਮੇਸ਼ਾ ਹੀ ਅਲੰਕਾਰਾਂ ਦੀ ਮੁਹਤਾਜ ਰਹੀ ਹੈ। ਪਹਿਲਾਂ ਇਹਦੇ ਵਿੱਚ ਉਰਦੂ ਦੇ ਅਲੰਕਾਰ ਪੈਂਦੇ ਸੀ, ਕੋਈ ਵੀ ਕਿਰਤਾ ਕੋਈ ਸ਼ਾਇਰੀ ਕੋਈ ਵਾਰਤਕ ਗੱਲ ਨਾਵਲ ਲਿਖਿਆ ਉਹਦੇ ਵਿੱਚ ਇਕੱਲੀ ਭਾਸ਼ਾ ਦੇ ਨਾਲ ਇਸਨੇ ਨਾ ਕਿਸੇ ਨੇ ਲਿਖਿਆ ਨਾ ਉਹ ਕਾਮਯਾਬ ਹੁੰਦਾ। ਸਾਡੀ ਗੁਰਬਾਣੀ ਪਵਿੱਤਰ ਗੁਰਬਾਣੀ ਗੁਰੂਆਂ ਨੇ ਲਿਖੀ ਹੈ, ਉਹਦੇ ਵਿੱਚ ਗੁਰਮੁਖੀ ਨਹੀਂ ਇਕੱਲੀ ਹੈ, ਉਹਦੇ ਵਿੱਚ ਸੰਸਕ੍ਰਿਤ ਫਾਰਸੀ ਸਾਰੇ ਲਫ਼ਜ਼ ਪਾਏ ਨੇ। ਕਈ ਵਾਰ ਗੁਰੂ ਤੇਗ ਬਹਾਦਰ ਜੀ ਦੇ ਆਉਂਦੇ 57 ਸਲੋਕ ਉਹਨਾਂ ਵਿੱਚ ਉਹਨਾਂ ਨੇ ਜਿੱਥੇ ਕਾਫੀਏ ਦੀ ਜ਼ਰੂਰਤ ਪੈਂਦੀ ਹੈ ਦੂਜੀ ਭਾਸ਼ਾ 'ਚੋਂ ਲੈਂਦੇ ਹਾਂ ਅਸੀਂ, ਕਾਫੀ ਆਪਦੀ ਪੰਜਾਬੀ ਜਿਹੜੀ ਗੱਲ ਅਸੀਂ ਕਰਨੀ ਆ ਕਾਫੀਆ ਨਹੀਂ ਮਿਲਦਾ ਫਿਰ ਉਰਦੂ ਦਾ ਹੀ ਸੈੱਟ ਆਊ, ਹੁਣ ਅੰਗਰੇਜ਼ੀ ਦਾ ਆ ਜਾਂਦਾ ਵਾ। ਅਤੇ ਉਹ ਇਸ ਕਰਕੇ ਜਿਹੜਾ ਜੱਟ ਵਾ ਇੱਕ ਅਲੰਕਾਰ ਵਾ, ਮੇਰੇ ਖਿਆਲ 250-300 ਅਲੰਕਾਰ ਪੰਜਾਬੀ ਬੋਲੀ 'ਚ ਕਹੇ ਜਾਂਦੇ ਆ, ਕਾਫੀ ਉਹ ਜੱਟ ਇੱਕ ਅਲੰਕਾਰ ਹੈ, ਕਦੇ ਮੇਲਾ ਨਹੀਂ ਹੁੰਦਾ ਜਿੰਨੇ ਮਰਜ਼ੀ ਗੀਤਾਂ 'ਚ ਪਾ ਦਿਉ, ਕਿਉਂ ਇੱਕ ਤਾਂ ਇਹ ਮੋਢੀ ਕੌਮ ਆ, ਇੱਕ ਕੋਈ ਜੱਜਾ ਦੇ ਟੈਂਕ ਆ ਜਿਹੜੇ ਅੱਖਰ ਨੇ, ਮੈਂ ਇਸ ਕਰਕੇ ਸਮਝਦਾ ਕੱਕਾ ਅਤੇ ਢੱਡਾ ਇਹ ਮੇਰੇ ਨਾਂ ਨੂੰ ਨਾਲ ਲੱਗਦੇ ਨੇ, ਢੋਲ ਡੋਲ ਜਿਹੜੇ ਕਈ ਅੱਖਰ ਮਿਸਣੇ ਜਿਹੇ ਨੇ ਹਾਹੇ ਉਹਦੇ ਸੱਸੇ 'ਚੋਂ ਥੱਲੇ ਬਹਿ ਜਾਂਦੇ ਆ, ਇਹ ਟੈਂਕਾ ਨਾਣਾ ਟਣਕ ਟਣਕ ਕਰਦਾ ਢੋਲ, ਇਹ ਜਿਹੜੇ ਖੜਕਦੇ ਲਫ਼ਜ਼ ਨੇ ਨਾ ਇਹ ਗੀਤ ਵਿੱਚ ਜਾਨ ਭਰ ਦਿੰਦੇ ਨੇ। ਜੱਟ ਦਾ ਫਿਰ ਜੱਜਾ ਟੈਂਗਾ ਜੱਟ, ਮੇਰੇ ਗੁਰੂ ਜੀ ਕਹਿੰਦੇ ਜੱਟ ਵੀ ਅਲੰਕਾਰ ਹੈਗਾ, ਉਹ ਕਹਿੰਦੇ ਤੂੰ ਕਹਿੰਦਾ ਮੇਰਾ ਨਾਂ ਨਹੀਂ ਤੇਰਾ ਵਧੀਆ ਹੈ, ਤੂੰ ਪਾਉਂਦਾ ਨਹੀਂ, ਤੇਰਾ ਨਾਂ ਹੀ ਅਲੰਕਾਰ ਆ, ਇਹ ਜੱਟ ਦੇ ਬਰਾਬਰ ਨਾਂ ਆ। ਕੁੰਡਾ ਚਾਹੇ ਰੇਗੀ 'ਚ ਪਾਈ ਜਾਣੇ, ਇਹਨੇ ਮੈਲਾ ਨਹੀਂ ਹੋਣਾ, ਕੱਕੇ ਔਂਕੜ ਉੱਪਰ ਢੱਡੇ ਕੰਨਾਂ ਰੱਖਾ, ਕੁੰਡਾ ਕਹਿੰਦੇ ਰੋਟੀ ਖਾ ਕੇ ਬੋਲਣ ਵਾਲਾ, ਔਰ ਤੁਹਾਡੇ ਸਾਹਮਣੇ ਆ ਵੀ ਮੁੰਡੇ ਕਹਿੰਦੇ ਅੰਕਲ ਤੇਰਾ ਨਾਂ ਵਧੀਆ। ਪਹਿਲਾਂ ਮੈਂ ਕਹਿੰਦਾ ਸੀ ਮੇਰਾ ਨਾਂ ਵਧੀਆ ਨਹੀਂ, ਕਿਹੋ ਜਿਹਾ ਰੱਖਦਾ, ਮੈਂ ਆਪਦੀ ਬੇਬੇ ਨੂੰ ਵੀ ਕਹਿੰਦਾ ਹੁੰਦਾ ਜੀ ਤੁਹਾਨੂੰ ਨਾਂ ਨਹੀਂ ਲੱਭਿਆ ਕੋਈ, ਅਤੇ ਉਹ ਕਹਿੰਦੀ ਵਧੀਆ ਵਾ ਐਵੇਂ ਕਰੀ ਜਾਂਦਾ। ਹੁਣ ਮੈਨੂੰ ਲੱਗਦਾ ਵੀ ਮੇਰਾ ਨਾਂ ਕੁੰਡਾ ਸਿੰਘ ਧਾਲੀਵਾਲ, ਲੋਕਾਂ ਨੂੰ ਪਸੰਦ ਵਾ ਤਾਂ ਫਿਰ ਮੈਂ ਵੀ ਕਹਿੰਦਾ ਵਧੀਆ ਹੀ ਆ, ਚੰਗਾ ਕੀਤਾ ਮਾਂ ਪਿਓ ਨੇ। ਅੱਛਾ, ਕੁੰਡੇ ਧਾਲੀਵਾਲ ਨੂੰ ਪਰਿਵਾਰ ਦਾ ਸਹਿਯੋਗ ਕਿਹੋ ਜਿਹਾ ਮਿਲ ਰਿਹਾ? ਪਰਿਵਾਰ ਦਾ ਸਹਿਯੋਗ ਜੱਟਾਂ ਦੇ ਇਹੋ ਜਿਹਾ ਹੁੰਦਾ, ਵਧੀਆ ਸਹਿਯੋਗ ਆ, ਇਹਨਾਂ ਨੂੰ ਖੁਸ਼ੀ ਵੀ ਹੈ ਵੀ ਸਾਡਾ ਬਾਪੂ 65 ਸਾਲ ਦਾ ਹੋ ਗਏ ਸਟਾਰ ਰਾਈਟਰ ਬਣਿਆ, ਤੁਸੀਂ ਆਉਂਦੇ ਹੋ ਮਿਲਦੇ ਕਰਦੇ ਆ, ਅਤੇ ਹੁਣ ਤਾਂ ਅੱਜ ਕੱਲ੍ਹ ਤਾਂ 4 ਪੈਸੇ ਵੀ ਮਿਲਦੇ ਆ, ਜਿੱਥੇ ਪੈਸੇ ਆਉਂਦੇ ਹੁਣ ਉਹ ਕਿਹਨੂੰ ਬੁਰੇ ਲੱਗਦੇ ਆ, ਅਤੇ ਇਸ ਕਰਕੇ ਉਹ ਤਾਂ ਹੋਰ ਟੌਹਰ ਬਣ ਜਾਂਦੀ ਹੈ ਬੰਦੇ ਦੀ। ਫਿਰ ਮੇਰੇ ਹੁਣ ਜਿਹੜੇ ਪੋਤੇ ਪੋਤੀਆਂ ਨੇ ਸਕੂਲਾਂ 'ਚ ਪੜ੍ਹਦੇ ਨੇ ਉਹਨਾਂ ਦਾ ਬੜਾ ਮਾਣ ਹੁੰਦਾ, ਹੁਣੇ ਮੇਰੇ ਦੋ ਪੋਤੇ ਇੱਕ ਵੀਡੀਓ ਬਣੀ ਹੈ, ਦੋ ਪੋਤੇ ਵੀਡੀਓ 'ਚ ਸ਼ਾਮਿਲ ਕੀਤੇ ਨੇ ਮੈਂ, ਉਹਨਾਂ ਦੀ ਆਪਦੇ ਯਾਰਾਂ 'ਚ ਟੌਹਰ ਬਣ ਜਾਂਦੀ ਹੈ, ਅਤੇ ਉਹ ਦੇਖੋ ਦੇਖੀ ਮੇਰਾ ਇੱਕ ਪੋਤਾ ਵੀ ਹੈ ਸ਼ਬਦ ਲੈ, ਮੈਨੂੰ ਲੱਗਦਾ ਵੀ ਖਾਨਦਾਨੀ ਜੀਨਸ ਜੀਸ ਹੁੰਦੇ ਆ ਉਹ ਮੇਰੇ ਪੋਤੇ 'ਚ ਹੈਗੇ ਆ, ਉਹ ਗਾਉਂਦਾ ਵੀ ਆ ਯਾਰ ਕਿ ਤੂੰ ਵੀ ਨਾਲ ਕਰਕੇ ਆਇਆ, ਉਹ ਤੂੰ ਵੀ ਲਿਆਇਆ, ਉਹ ਚਾਦਾ ਚੂਦਾ ਬੰਨ੍ਹ ਕੇ ਸਕੂਲ ਵਿੱਚ ਸ਼ੋਅ ਕਰਦਾ।
ਉਹ ਮੇਰੇ ਸਾਰੇ ਗੀਤ ਹਲੇ ਜਦੋਂ ਨਰਸਰੀ ਸੀ ਉਦੋਂ ਹੀ ਸੁਣਾਉਂਦੀ ਸੀ ਅਤੇ ਮੈਨੂੰ ਉਹਦੇ 'ਚ ਮੈਨੂੰ ਗੁਣ ਨਜ਼ਰ ਆਉਂਦੇ ਆ ਦੋ ਬੱਚਿਆਂ 'ਚ ਮੇਰੇ ਵਾਲੇ ਕਿਸੇ ਨਾ ਕਿਤੇ ਹੋਣਗੇ ਔਰ ਹੁੰਦੇ ਜ਼ਰੂਰ ਹੈਗੇ ਇਹ ਦਾਤੇ ਦੀ ਦਾਤ ਆ ਮੈਂ ਚਾਹੁੰਦਾ ਵੀ ਮੇਰਾ ਕੋਈ ਮੇਰੇ ਦੁਨੀਆਂ 'ਤੇ ਰਹਿੰਦੇ ਰਹਿੰਦੇ ਮੇਰਾ ਕੋਈ ਪੋਤਾ ਜਾਂ ਪੋਤੀ ਕੋਈ ਸਟਾਰ ਬਣੇ ਔਰ ਮੈਨੂੰ ਬਹੁਤ ਖੁਸ਼ੀ ਹੋਊਗੀ। ਅਲੀਆ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤੁਹਾਡੇ ਬੱਚਿਆਂ ਨੂੰ ਵੀ ਹੁਣ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਇੱਕ ਸਥਾਪਿਤ ਗੀਤਕਾਰ ਹੋ ਤੁਹਾਡਾ ਨਾਮ ਅਤੇ ਜਿਸ ਤਰ੍ਹਾਂ ਬਹੁਤ ਸਾਰੇ ਅੱਜ ਕੱਲ੍ਹ ਗੀਤਕਾਰ ਨੇ ਪੈਸੇ ਲਈ ਵੀ ਲਿਖਦੇ ਨੇ ਕਿ ਤੁਸੀਂ ਵੀ ਕੋਈ ਆਪਣੇ ਗੀਤਾਂ ਦਾ ਜਿਹੜਾ ਨਾਮਾ ਰੱਖਿਆ ਵੀ ਮੈਨੂੰ ਇੰਨੇ ਪੈਸੇ ਮਿਲਣੇ ਚਾਹੀਦੇ। ਬਹੁਤ ਵਧੀਆ ਸਵਾਲ ਕੀਤਾ ਬਿੱਟੂ। ਪਹਿਲੀ ਗੱਲ ਕਦੇ ਕਿਸੇ ਗਾਉਣ ਵਾਲੇ ਮੁੰਡੇ ਨੂੰ ਕੁੜੀ ਨੂੰ ਮੈਂ ਇਹ ਨਹੀਂ ਕਿਹਾ ਵੀ ਮੈਂ ਇੰਨੇ ਪੈਸੇ ਲੈਂਦਾ। ਉਹ ਕਹਿੰਦੇ ਅੰਕਲ ਜੀ ਕਿੰਨੀ ਸੇਵਾ ਲੈਂਦੇ ਹੋ? ਮੈਂ ਕਿਹਾ ਵੀ ਜੇ ਦੇ ਸਕਦਾ ਤਾਂ ਦੇ ਦੇ, ਫਿਰ ਵੀ ਪੁੱਛਦੇ ਆ ਕਿੰਨੀ। ਮੈਂ ਕਿਹਾ ਵੀ ਕਿੰਨੀ ਨਹੀਂ ਹੈ, ਇਹ ਮੈਂ ਲਫ਼ਜ਼ ਨਹੀਂ ਕੱਢਣਾ, ਸ਼ੈਰੀ ਦਾ ਕੋਈ ਮੁੱਲ ਨਹੀਂ ਹੈ ਨਾ ਇਹ ਵੇਚਣ ਵਾਲੀ ਚੀਜ਼ ਹੈ, ਕਿਉਂਕਿ ਮੈਂ ਉਹ ਤਾਂ ਹੈ ਨਹੀਂ ਵੀ ਤੇ ਤੂੰ ਪੈਸੇ ਲੈ ਗੀਤ ਦੇਤਾ। ਮੈਂ ਇਹਨੂੰ ਆਪਦੇ ਦੇਖ ਰੇਖ 'ਚ ਮਿਊਜ਼ਿਕ ਬਣਾਊਂ, ਦੇਖ ਰੇਖ 'ਚ ਵੀਡੀਓ ਵੀ ਚਾਹੂੰ, ਜੇ ਤੂੰ ਚਾਹੇਗਾ ਤੇਰੀ ਹਰ ਮਦਦ ਕਰੂੰਗਾ, ਤੇ ਤੂੰ ਲੈਣਾ ਕੁਛ ਨਹੀਂ। ਮੈਂ ਚਾਹੁੰਦਾ ਵੀ ਤੇਰਾ ਗੀਤ ਸੁਪਰ ਹਿੱਟ ਹੋਵੇ ਔਰ ਤੂੰ ਸਟਾਰ ਵੀ ਬਣੇ। ਅਤੇ ਐਮੀ ਵਿਰਕ ਮੇਰੇ ਕੋਲ ਆਇਆ ਸੀ, ਉਹ ਮੈਨੂੰ ਕਹਿੰਦਾ ਸੀ, ਤਿੰਨ ਵਾਰ ਆਇਆ, ਕਹਿੰਦਾ ਅੰਕਲ ਜੀ ਗੀਤ ਤੇ ਸੁਣ ਲਏ ਤੁਸੀਂ ਲੈਂਦੇ ਹੋ ਕਿ ਉਹ? ਮੈਂ ਕਿਹਾ ਕੁਛ ਨਹੀਂ ਤੂੰ ਗੀਤ ਗਾਲਾ ਲੈ ਲਾਂਗੇ ਪੈਸੇ। ਕਹਿੰਦਾ ਨਹੀਂ ਜੀ, ਉਹਨੇ ਐਮੀਨ ਵਿਰਕ ਨੇ ਕਿਹਾ, ਮੈਂ ਉਹਦੀ ਸਿਫਤ ਕਰਦਾ ਬਹੁਤ ਕੋਲ, ਬਾਕੀ ਜੱਟ ਹੋਏ ਕਨਾਤਰੇ ਵਾਲਾ। ਉਹ ਕਹਿੰਦਾ ਅੰਕਲ ਤੁਸੀਂ ਕਿਹੜਾ ਖਾੜੇ ਲਾਉਂਦੇ ਹੋ, ਤੁਸੀਂ ਰੋਟੀ ਨਹੀਂ ਖਾਣੀ? ਮੈਂ ਕਿਹਾ ਰੋਟੀ ਤਾਂ ਹੁਣ ਘਰੇ ਰੁਕੀ ਵੀ ਸੀ ਮਿਲੀ ਜਾਂਦੀ ਹੈ। ਕਹਿੰਦੇ ਨਹੀਂ, ਤੁਹਾਡਾ ਹੱਕ ਦੱਸੋ ਕਿੰਨੇ ਲੈਣੇ ਆ? ਮੈਂ ਕਿਹਾ ਵੀ ਇਹ ਨਹੀਂ ਮੈਂ ਤੈਨੂੰ ਦੱਸਣਾ, ਜਿਹੜੇ ਦੇਣੇ ਦੇ ਦੀ। ਉਹਦਾ ਭਰਾ ਸੀ ਭਗਵੰਤ ਨਾਲ, ਉਹਨੇ ਮੋਬਾਈਲ 'ਤੇ ਮਾਰੀਆਂ ਠੁੰਗਾਂ ਜੀਆਂ ਕਰਕੇ ਕਹਿੰਦਾ ਜੀ ਇੰਨੇ ਦੇ ਦੀਏ। ਮੈਂ ਕਿਹਾ ਦੇ ਬਹੁਤ, ਮੈਂ ਕਿਹਾ ਬਾਹਲੇ ਹੀ ਜ਼ਿਆਦਾ ਆ। ਉਹ ਕਹਿੰਦੇ ਇਹਨਾਂ ਨੇ ਕਹਿਣਾ ਨਹੀਂ ਦੂਜੇ ਦੇ, ਜਿਹੜੇ ਦੇ ਉਹਨਾਂ ਨੇ ਦੇ ਤੇ ਮੈਂ ਲੈ ਲਏ। ਕਦੇ ਕਿਸੇ ਨੇ ਉਹ ਜਦ ਨਹੀਂ ਕੀਤੀ ਵੀ ਇੰਨੇ ਪੈਸੇ ਲੈਣੇ ਆ। ਮੁੰਡੇ ਕਹਿੰਦੇ ਮੈਂ ਇੰਨੇ ਕੁ ਦੇ ਸਕਦਾ ਅੰਕਲ, ਲੋਕ ਤਾਂ ਬਹੁਤ ਲੈਂਦੇ ਆ ਮੈਨੂੰ ਕਹਿੰਦੇ ਆ। ਮੈਂ ਕਿਹਾ ਵੀ ਘਬਰਾਓ ਨਾ ਤੁਸੀਂ, ਜਿੰਨੇ ਤੂੰ ਦੇ ਸਕਦਾ, ਪਰ ਆਵਾਜ਼ ਵਧੀਆ ਹੋਣੀ ਚਾਹੀਦੀ ਹੈ। ਆਵਾਜ਼ ਵਧੀਆ ਹੋਣੀ ਚਾਹੀਦੀ ਹੈ ਮੇਰੇ ਕਹਿਣੇ ਲੱਗੇ ਉਹ ਕਹਿਣੇ, ਉਹ ਤਾਂ ਕਹਿੰਦਾ ਨਹੀਂ ਵੀ ਮੈਨੂੰ ਪੈਸੇ ਲਿਆ ਕੇ ਦੇਵੇ ਜਾਂ ਹੋਰ ਕੋਈ ਗਿਫਟ ਦੇਵੇ, ਕਹਿਣੇ ਲੱਗੇ ਮਿਊਜ਼ਿਕ ਮੇਰੇ ਪਸੰਦ ਦਾ ਬਣੇ, ਜਿਵੇਂ ਮੈਂ ਕਹਾਂ ਉਸ ਤਰ੍ਹਾਂ ਦੀ ਵੀਡੀਓ ਬਣੀ, ਉਹਦਾ ਮਿਊਜ਼ਿਕਕਾਰ ਉਹਦਾ ਵੀਡੀਓ ਡਾਇਰੈਕਟਰ ਮੇਰੀ ਗੱਲ ਮੰਨੇ, ਮੈਂ ਉਹਦੀ ਕਹਾਣੀ ਨੂੰ ਸਕ੍ਰਿਪਟ ਨੂੰ ਪਾਲਿਸ਼ ਕਰਾਂ, ਫਿਰ ਮੈਨੂੰ ਤਸੱਲੀ ਹੁੰਦੀ ਹੈ, ਫਿਰ ਮੈਨੂੰ ਮਿਊਜ਼ਿਕ ਬਣਾ ਕੇ ਸੁਣਾ, ਡੰਮੀ ਬਣਾ ਕੇ ਸੁਣਾਉਂਦੇ ਆ, ਮੈਂ ਉਹਨੂੰ ਨੁਕਸ ਕੱਢਦਾ ਫਿਰ ਦੂਰ ਕਰਦੇ ਆ। ਜਦੋਂ ਮੇਰੀ ਤਸੱਲੀ ਹੋ ਜਾਂਦੀ ਹੈ ਫਿਰ ਮੈਂ ਕਹਿੰਦਾ ਵੀ ਹੁਣ ਚੜ੍ਹਦੇ ਗੱਡੀ, ਹੁਣ ਇਹ ਮਿਰਜ਼ੇ ਦੀ ਬੱਕੀ ਆ, ਗੀਤ ਨਹੀਂ ਹੈ, ਮਾਰੂਗਾ ਛਾਲਾਂ, ਫਿਰ ਔਰ ਮਾਰਦਾ ਹੀ ਮਾਰਦਾ। ਅੱਛਾ ਧਾਲੀਵਾਲ ਸਾਹਿਬ, ਤੁਸੀਂ ਹਰੀ ਸਿੰਘ ਨਲੂਏ ਬਾਰੇ ਵੀ ਲਿਖਿਆ, ਪੰਜਾਬ ਦਾ ਉਹ ਮਹਾਨ ਜਰਨੈਲ ਜਿਹਨੇ ਪੂਰੀ ਦੁਨੀਆਂ ਦੇ ਵਿੱਚ ਆਪਣੀ ਧਾਂਕ ਜਮਾਈ, ਅਤੇ ਉਹਨਾਂ ਦੇ ਜੀਵਨ ਅਤੇ ਕਰੈਕਟਰ ਬਾਰੇ ਆਪਾਂ ਆਮ ਵੇਖਦੇ ਹਾਂ ਕਿ ਉਹਨਾਂ ਨੂੰ ਇੱਕ ਬਜ਼ੁਰਗ ਵਾਂਗੂ, ਬੁੱਢੇ ਵਾਂਗੂ ਦਿਖਾਇਆ ਜਾਂਦਾ ਜਦੋਂ ਵੀ ਕਿਤੇ ਉਹਨਾਂ ਦੀ ਗੱਲ ਚੱਲਦੀ ਆ ਜਾਂ ਕਿਤੇ ਉਹਨਾਂ ਦਾ ਕੋਈ ਚਿੱਤਰ ਜਾਂ ਤਸਵੀਰ ਸਾਹਮਣੇ ਆਉਂਦੀ ਹੈ। ਤੁਸੀਂ ਉਹਨਾਂ ਬਾਰੇ ਪੜ੍ਹਿਆ ਵੀ ਹੈ ਅਤੇ ਉਹਨਾਂ ਬਾਰੇ ਲਿਖਣ ਤੋਂ ਪਹਿਲਾਂ ਬਹੁਤ ਕੁਝ ਬਚਿਆ, ਤੁਸੀਂ ਕਿਹੋ ਜਿਹਾ ਆਪਣੇ ਸ਼ਬਦਾਂ 'ਚ ਬਿਆਨ ਕੀਤਾ ਉਹਨਾਂ ਨੂੰ? ਇਹ ਜਿਹੜੇ ਲੋਕ ਕਲਪਨਾ ਕਰਦੇ ਨੇ ਸਿਆਣੀ ਉਮਰ ਦੀ ਜਾਂ ਚਿੱਤਰ ਦਿਖਾਉਂਦੇ ਨੇ, ਉਹਨਾਂ ਨੂੰ ਇਹ ਕੰਮ ਚਾਹੀਦਾ ਨਹੀਂ ਸੀ, ਪੜ੍ਹ ਕੇ ਕਰਨਾ ਚਾਹੀਦਾ ਸੀ। ਪਹਿਲੀ ਤਾਂ ਇੱਕ ਤਾਂ ਜੇ ਕਿਸੇ ਕੋਈ ਦੋ ਰੈਵਾਂ ਨੇ ਵੀ ਉਹਦੀ ਉਮਰ ਇੰਨੀ ਸੀ ਇੰਨੀ ਸੀ, ਇਤਿਹਾਸ ਦੀ ਗੱਲ ਕੋਈ ਕਰ ਸਕਦਾ? ਇੱਕ ਸਾਡਾ ਸਮਾਜਿਕ ਸਾਡਾ ਵਿਰਸੇ ਇੱਕ ਤੱਥ ਵਾ, ਸੱਚਾਈ ਆ, ਸੂਰਮੇ ਦੀ ਉਮਰ 45 ਸਾਲ ਤੋਂ ਬਾਅਦ ਹੋਈ ਨਹੀਂ, ਅਸੀਂ ਦਾਦਿਆਂ ਪੜਦਾਦਿਆਂ ਤੋਂ ਸੁਣਦੇ ਆ ਰਹੇ ਹਾਂ। ਪੁਰਾਣੇ ਸ਼ਹਿਰਾਂ ਨੇ ਕਿਹਾ ਸੂਰਮਾ ਇੱਥੇ ਬਾਹਲਾ ਚਿਰ ਕਣਕ ਅਤੇ ਚੌਲ ਖਾਂਦਾ ਹੀ ਨਹੀਂ, ਸੂਰਮਾ ਉਹ ਆ ਜਿਹਦੇ ਸਾਹਮਣੇ ਜ਼ੁਲਮ ਹੋ ਰਿਹਾ, ਗਊ ਅਤੇ ਗਰੀਬ ਨਾਲ ਜ਼ੁਲਮ ਹੁੰਦਾ, ਸਾਡੇ ਗੁਰੂ ਗੋਬਿੰਦ ਸਿੰਘ ਦਾ ਵੀ ਇਹੀ ਐਲਾਨ ਸੀਗਾ। ਉਹਨਾਂ ਦੀ ਕਿਹੜਾ ਉਮਰ ਜ਼ਿਆਦਾ ਸੀ? 45 ਸਾਲ ਤੋਂ ਪਹਿਲਾਂ ਉਹ ਵੀ ਚਲੇ ਗਏ। ਸੂਰਮਾ ਤਾਂ ਇੱਥੇ ਰਹਿੰਦਾ ਨਹੀਂ, 45 ਸਾਲ ਤਾਂ ਉਹਦੀ ਹੱਦ ਵਾ, 45 ਸਾਲ ਤੋਂ ਪਹਿਲਾਂ ਪਹਿਲਾਂ ਇਹ ਰਵਾਨਗੀ ਹੋ ਜਾਂਦੀ ਹੈ ਸੂਰਮੇ ਦੀ, ਅਤੇ ਉਹ ਤਾਂ ਆਪਣੇ ਵਰਗੇ ਰਹਿੰਦੇ ਰੋਟੀਆਂ ਖਾਣ ਵਾਲੇ, ਸੂਰਮਾ ਨਹੀਂ ਰਹਿੰਦਾ ਹੈ। ਇਸ ਕਰਕੇ ਹਰੀ ਸਿੰਘ ਨਲੂਆ ਤਾਂ ਸੂਰਮਿਆਂ ਦਾ ਸਰਕੜ ਸੂਰਮਾ ਸੀ, ਉਹ 42-43 ਸਾਲ ਦੀ ਉਮਰ 'ਚ 45 ਤੋਂ ਥੱਲੇ ਥੱਲੇ ਚਲੇ ਗਏ। ਮੈਂ ਆਪਦੇ ਗੀਤ ਵਿੱਚ ਉਹ ਕੌਣ ਸੀ, ਕੀ ਪਿਓ ਦਾ ਨਾਂ ਸੀ, ਕੀ ਉਹਨਾਂ ਦਾ ਗੋਤ ਸੀ, ਜੱਟ ਸੀ ਉਹ, ਉੱਪਲ ਜੱਟ ਖੱਤਰੀ, ਅਤੇ ਗੁਜਰਾਂ ਵਾਲੇ ਜਨਮ ਹੋਇਆ ਸੀ, ਬਾਪੂ ਉਹਨਾਂ ਦਾ ਕੌਣ ਸੀ, ਕਿੰਨੀ ਉਮਰ ਦੇ ਵਿੱਚ ਉਹ ਰਣਜੀਤ ਸਿੰਘ ਦੇ ਦਰਬਾਰ 'ਚ ਆਏ, ਫਿਰ ਕਿਵੇਂ ਜਰਨਲ ਬਣੇ, ਕਿੱਥੇ ਕਿੱਥੇ ਗਵਰਨਰ ਲੱਗੇ, ਉਹਨਾਂ ਨੇ ਕੀ ਕੀ ਸੁਧਾਰ ਕੀਤੇ, ਅਤੇ ਕਿਹੜੀ ਤਰੀਕ ਨੂੰ ਕਦੋਂ ਕਿੱਥੇ ਕਿਵੇਂ ਉਹ ਸ਼ਹੀਦੀ ਉਹਨਾਂ ਨੇ ਪ੍ਰਾਪਤ ਕੀਤੀ ਹੈ, ਅਤੇ ਮੈਂ ਪੂਰੀ ਡਿਟੇਲ ਉਹਨਾਂ ਤਿੰਨਾਂ 'ਚੋਂ ਗੀਤਾਂ 'ਚ ਕੀਤੀ ਹੈ। ਪਹਿਲੇ ਗੀਤ ਵਿੱਚ ਹੀ ਲੋਕਾਂ ਦੀ ਪਤਾ ਲੱਗਦੀ, ਸੂਰਮਾ ਦੀ ਉਮਰ 45 ਤੋਂ ਵੱਧ ਹੁੰਦੀ ਨਹੀਂ, ਮੈਂ ਛੋਟਾ ਹੁੰਦਾ ਆਪਦੇ ਦਾਦੇ ਪੜਾਦੇ ਸੁਣਦਾ ਸੀ। ਪੁਰਾਣੇ ਕਵੀ ਦੌਲਤ ਰਾਮ ਬਹੁਤ ਵੱਡੇ ਰੂਪ ਸੰਤ, ਉਹਨਾਂ ਨੇ ਲਿਖਿਆ ਪੰਡਿਤ ਕਿਸ਼ੋਰ ਚੰਦ ਬਦੋਵਾਲ ਦਾ, ਫਿਰ ਜਾਨੀ ਚੋਰ ਨੂੰ ਕਿਲੇ 'ਚ ਭਾਲਦਾ, ਅਤੇ ਉਹਨਾਂ ਨੇ ਵੀ ਉਹ ਵੀ ਲਿਖਦੇ ਵੀ ਸੂਰਮਾ 45 ਸਾਲ ਟੱਪਦਾ ਹੀ ਨਹੀਂ ਹੈ, ਸੁੱਚੇ ਹੋਣੀ, ਦੁੱਲੇ ਹੋਣੀ, ਜੱਗੇ ਹੋਣੀ, ਇਹਨਾਂ 'ਚੋਂ ਕੋਈ 45 ਸਾਲ ਤੋਂ ਵਧਿਆ ਨਹੀਂ ਹੈ, ਪਹਿਲੇ ਮਰ ਜਾਂਦੇ ਆ। ਸਾਡੇ ਜਿਹੜੇ ਮੁੰਡੇ 15 ਸਾਲ ਫਲਾਡਾ ਆ ਜਿਹੜੇ ਸ਼ਹੀਦ ਹੋਏ ਨੇ, ਉਹਨਾਂ ਦੀ ਗੱਲਾਂ ਕਰਦੇ ਸੀ, ਹੋਰ ਕਿਸੇ ਨੂੰ ਇਤਰਾਜ਼ ਹੋਵੇ, ਉਹ 45 ਸਾਲ ਕੀ ਹੋ ਤਾਂ 30-35 ਸਾਲ ਤੋਂ ਪਹਿਲਾਂ ਜਿਹੜੇ ਸੀਗੇ 45 ਤੋਂ ਉੱਪਰ ਕੋਈ ਨਹੀਂ ਸੀ, 45 ਤੋਂ ਪਹਿਲਾਂ ਜਿੰਨੇ ਸੂਰਮੇ ਸੀ ਚੜ੍ਹਾਈਆਂ ਕਰਕੇ, ਸੂਰਮਾ ਇਸ ਦੁਨੀਆਂ 'ਤੇ ਰਹਿੰਦਾ ਹੀ ਨਹੀਂ, ਉਹ ਕਣਕ ਰੋਟੀ ਖਾਣ ਆਉਂਦਾ ਹੀ ਨਹੀਂ ਹੈ, ਉਹ ਤਾਂ ਆਉਂਦਾ ਬਸ ਅੱਗ ਦੀ ਨਾਲ ਬਣ ਕੇ ਆਉਂਦਾ, ਦੁਨੀਆਂ 'ਤੇ
ਉਹ ਕੰਮ ਉਹ ਸੂਰਮੇ ਨੇ ਆਪਦਾ ਕਰਦੇ ਰਹਿਣਾ, ਦੁਨੀਆ ਜਿੰਨਾ ਮਰਜ਼ੀ ਰੋਲ ਹੋਵੇ, ਉਹ ਸੂਰਮ ਗਤੀ ਸੂਰਮੇ ਦੇ ਅੰਦਰ ਟਿਕ ਕੇ ਬਹਿੰਦੀ ਨਹੀਂ, ਉਹ ਕਹਿੰਦੀ ਜਾਂ ਮਰੂੰ ਜਾਂ ਮਾਰੂੰ, ਉਹ ਮਰ ਜਾਂਦਾ ਤਾਂ ਦੁਨੀਆ ਤੋਂ ਚਲੇ ਜਾਂਦਾ, ਲੋਕ ਯਾਦ ਕਰਦੇ ਬਸ ਆਹ ਕਹਾਣੀ ਸੂਰਮੇ ਦੀ। ਧਾਲੀਵਾਲ ਸਾਹਿਬ, ਜਿਸ ਤਰ੍ਹਾਂ ਅੱਜ ਨਵਾਂ ਪੂਰ ਜਿਹੜਾ ਹੁਣ ਲਿਖ ਰਿਹਾ ਪੰਜਾਬੀ ਗੀਤਕਾਰੀ ਦੇ ਪਿੰਡ ਦੇ ਵਿੱਚ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਨੇ, ਕੁਛ ਗੀਤਾਂ ਦਾ ਜਿਹੜਾ ਦੌਰ ਬਦਲਿਆ, ਰੌਂ ਬਦਲ ਗਿਆ, ਜਾਂ ਕਹਿ ਲਓ ਵੀ ਉਹਨਾਂ ਦਾ ਸਵਾਲ ਇਹ ਹੁੰਦਾ ਜਵਾਬ ਗੀਤਕਾਰਾਂ ਦਾ ਕਿ ਅੱਜ ਕੱਲ੍ਹ ਲੋਕ ਸੁਣਨਾ ਇਹੋ ਜਿਹਾ ਪਸੰਦ ਕਰਦੇ ਨੇ, ਤੁਹਾਨੂੰ ਕੀ ਲੱਗਦਾ ਜਿਹੜੀਆਂ ਕਲਮਾਂ ਚੱਲ ਰਹੀਆਂ ਨੇ ਹੁਣ ਨਵੀਂ ਪੀੜ੍ਹੀ ਦੀਆਂ, ਉਹ ਸਹੀ ਦਿਸ਼ਾ ਦੇ ਵਿੱਚ ਨੇ? ਕਲਮਾਂ ਤਾਂ ਜਦੋਂ ਕੋਈ ਲਿਖਾਰੀ ਚਲਾਉਂਦਾ ਆਪਦੇ ਆਪਣੀ ਸਹੀ ਮੰਨ ਕੇ ਚਲਾਉਂਦਾ ਜੀ, ਜਿਹੜੀ ਗੱਲ ਲੋਕ ਲਚਰ ਦੀ ਗੱਲ ਕਰਦੇ ਆ, ਅੱਜ ਕੱਲ੍ਹ ਗੀਤ ਲਚਰ ਮੈਂ ਤਾਂ ਨਹੀਂ ਸੁਣਿਆ ਕਿਤੇ, ਕੋਈ ਮੁੰਡਾ ਨੌਜਵਾਨ ਲਚਰ ਨਹੀਂ ਲਿਖਦਾ, ਲਚਰ ਸਾਡਾ ਗੀਤ ਨਹੀਂ ਵੀਡੀਓ ਲਚਰ, ਗੀਤ ਦਾ ਲਚਰ ਤਾਂ ਜੇ ਤੁਸੀਂ ਲਚਰ ਤਾਂ ਸੁਣਨੀ ਆ ਜੀ, ਸਾਡੇ ਜਿਹੜੇ ਤਾਂ ਇੱਥੇ ਫਲੱਡ ਆਇਆ ਗੱਭਰੂ ਯੋਧਿਆਂ ਨੇ ਲਿਆਂਦਾ, ਪੰਜਾਬ 'ਚ ਮਾਰਕਾਟ ਹੋਈ ਆ, 80 ਤੋਂ ਪਹਿਲਾਂ ਸੁਣੋ, 60 ਤੋਂ ਲੈ ਕੇ 80 ਤੱਕ ਉਹ ਗੰਦ ਵੱਢਿਆ ਗੀਤਕਾਰਾਂ ਨੇ, ਹੁਣ ਕਰ ਮੁੰਡੇ ਗੀਤ ਹੁਣ ਜੇ ਲੇ ਲਚਰ ਲਿਖੂ ਜਦੇ ਹੀ ਨੌਜਵਾਨਾਂ ਦੇ ਕਮੈਂਟ ਆ ਜਾਂਦੇ ਉਹ ਤਾਂ ਕੰਨੋਂ ਫੜ ਲੈਂਦੇ, ਹੁਣ ਕੋਈ ਲਿਖਦਾ ਹੀ ਨਹੀਂ ਹੈ, ਵੀਡੀਓ ਲਚਰ ਬਣਾਉਂਦੇ, ਵੀਡੀਓ ਤਾਂ ਉਹ ਦੇਖਣ ਵਾਲੀ ਨਹੀਂ ਹੁੰਦੀ, ਕਈ ਵਾਰ 5-7 ਸਾਲ ਦੀ ਬੱਚੀ ਨੂੰ ਸਕੂਲ ਦੀ ਯੂਨੀਫਾਰਮ ਪਾ ਕੇ ਉਹ ਦਿਖਾ ਦਿੰਦੇ ਆ, ਸਾਡੇ ਲੋਕ ਚੁੱਪ ਬੈਠੇ ਰਹਿੰਦੇ ਆ, ਰੇਹ ਦੇ ਘਰੇ ਬੱਚੀਆਂ 4th-5th ਪੜ੍ਹਦੀਆਂ, ਉਹ ਡੱਬੀਆਂ ਵਾਲੀ ਚੈੱਕ ਦੀ ਕਮੀਜ਼ ਪਾਈ, ਇੱਕ ਵੀਡੀਓ ਦਿਖਾਉਂਦੇ ਸੀ, ਮੈਂ ਕਿਹਾ ਇਸ ਮੁੰਡੇ ਨੂੰ ਚਾਹੀਦਾ ਇਹਦੇ ਘਰੇ, ਇਹਨੂੰ ਸ਼ਰਮ ਹੈ ਨਹੀਂ, ਮੈਂ ਕਿਹਾ ਇਹਦੇ ਗੜਬੜ ਆ ਕੋਈ, ਇਹ ਖਾਨਦਾਨੀ ਨਹੀਂ ਹੋ ਸਕਦਾ ਬੰਦਾ ਜਿਹੜਾ ਬੱਚੀ ਨੂੰ ਆਹ ਕੰਮ ਦਿਖਾਉਂਦਾ, ਨੌਜਵਾਨਾਂ ਦਾ ਕੰਮ ਆ ਜਵਾਨੀ ਵੇਲੇ ਪਿਆਰ ਮੁਹੱਬਤ ਦੀਆਂ ਗੱਲਾਂ ਹੁੰਦੀਆਂ, ਸ਼ਿਆਰ ਅਸੀਂ ਲਿਖਦੇ ਹਾਂ, ਲਿਖਣਾ ਚਾਹੀਦਾ, ਛੋਟੇ ਬੱਚੇ ਨੂੰ ਸਕੂਲ ਪੜ੍ਹਦੇ ਨੂੰ ਜੇ ਇੱਕ ਕੁੜੀ ਨੂੰ ਤੁਸੀਂ ਸਕੂਲ ਜਾਂਦੀ ਨੂੰ ਰਾਹ 'ਚ ਉਹੀ ਜੇ ਕੋਈ ਕੈਮਰਾ ਮਾਰ ਕੇ ਗੱਲ ਕਰਾਉਂਦੇ ਹੋ ਤਾਂ ਇਹ ਇਦੂ ਪਰੇ ਲਚਰ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ, ਇਦੂ ਗਿਰਾਵਟ ਵਾਲੀ ਗੱਲ ਨਹੀਂ ਹੋ ਸਕਦੀ, ਮੁੰਡੇ ਜੋ ਲਿਖਦੇ ਆ ਠੀਕ ਲਿਖਦੇ ਆ ਕਿਉਂਕਿ ਉਹ ਪੜ੍ਹਦੇ ਨਹੀਂ ਹੈ, ਪੜ੍ਹਨ ਕਿੱਥੋਂ ਕਿਤਾਬਾਂ ਤੋਂ ਕੋਈ ਹੁਣ ਪੜ੍ਹਦਾ ਨਹੀਂ, ਉਹ ਹੁਣ ਜੋ ਲਿਖਦੇ ਆ ਉਹ ਟੀਵੀ ਦੇਖਦੇ ਆ, ਮੋਬਾਈਲ ਦੇ ਉੱਤੇ ਠੁੰਗਾ ਮਾਰਦੇ ਆ, ਜਾਂ ਮਹਿਫਲਾਂ 'ਚ ਬਹਿੰਦੇ ਆ, ਮੋਟਰ 'ਤੇ ਦਾਰੂ ਪੀਂਦੇ ਆ, ਅਤੇ ਕੁਛ ਹੋਰ ਵੀ ਪੁੱਠਾ ਸਿੱਧਾ ਕਰਦੇ ਆ, ਜਾਂ ਕਲੱਬਾਂ 'ਚ ਲੁਧਿਆਣੇ ਮੈਂ ਵੀ ਉਹਨਾਂ ਨਾਲ ਬੈਠਾ, ਜੋ ਉੱਥੇ ਗੱਲਾਂ ਚੱਲਦੀਆਂ ਉਹ ਉਹਨਾਂ ਨੂੰ ਲਿਖ ਦਿੰਦੇ ਆ, ਮੈਂ ਪੜ੍ਹਿਆ ਪੁਰਾਣੇ ਸਾਰੇ ਕਿੱਸੇ ਪੜ੍ਹੇ, ਜੇ ਤਾਂ ਸੀਨੀਅਰ ਕਲਾਕਾਰਾਂ ਨੇ ਤਾਂ ਬਹੁਤ ਮਹਾਨ ਨੇ ਉਹ ਰਾਈਟਰ ਜਿਹੜੇ ਉਹਨਾਂ ਨੇ ਪੜ੍ਹਿਆ, ਮੈਂ ਵੀ ਪੜ੍ਹਿਆ ਦੂਧ ਬਾਦਸ਼ਾਹ ਨੂੰ ਵੀ ਪੜ੍ਹਿਆ, ਰਾਜਾ ਰੂਪਚੰਦ ਰਾਣੀ ਇੰਦਵਤੀ ਪੜ੍ਹਿਆ, ਕੇਸਰਾਂ ਬਾਦਸ਼ਾਹ ਜਾਦੀ ਨੂੰ ਪੜ੍ਹਿਆ, ਪੰਡਿਤ ਕਿਸ਼ੋਰ ਚੰਦ ਦਾ ਲਿਖਿਆ ਜਾਨੀ ਚੋਰ, 18 ਇਸੇ ਪੜ੍ਹੇ ਨੇ, ਅਤੇ ਕੋਈ ਪੁਰਾਣਾ ਇਹੋ ਜਿਹੀ ਚੀਜ਼ ਨਹੀਂ ਛੱਡੀ ਜਿਹੜੀ ਨਹੀਂ ਪੜ੍ਹੀ, ਬਹੁਤ ਕਿਤਾਬਾਂ ਪੜ੍ਹੀਆਂ ਨੇ, ਪੜ੍ਹ ਕੇ ਉਹ ਹੀ ਮੇਰੇ ਦਿਮਾਗ 'ਚ ਗਿਆਨ ਆ, ਉਹ ਗਿਆਨ ਹੀ ਲਫ਼ਜ਼ ਬਣ ਕੇ ਬਾਹਰ ਨਿਕਲਦਾ, ਅਤੇ ਇਸ ਕਰਕੇ ਮੈਂ ਲੋਕ ਤੱਥਾਂ ਦੇ ਵਿੱਚ ਉਹ ਗੱਲ ਨੂੰ ਇਸ ਤਰੀਕੇ ਨਾਲ ਕਹਿੰਦਾ ਜਿਹੜੀ ਲੋਕਾਂ ਨੂੰ ਚੰਗੀ ਲੱਗਦੀ ਹੈ, ਮੁੰਡੇ ਜੋ ਕਰਦੇ ਰਹੇ ਆ ਇਹਨਾਂ ਨੂੰ ਪੜ੍ਹਨਾ ਪੈਣਾ, ਜੇ ਉਹ ਲਿਖਣਗੇ ਵੀ 4 ਸਾਲ ਗੀਤ ਚੱਲਦੇ ਆ, 5ਵੇਂ ਸਾਲ ਕਹਿੰਦੇ ਕਿੱਥੇ ਗਿਆ, ਕਹਿੰਦਾ ਵੀ ਉਹ ਤਾਂ ਦੁਬਈ ਚਲੇ ਗਿਆ, ਉਹ ਤਾਂ ਅਮਰੀਕਾ ਨੂੰ ਚਲੇ ਗਿਆ, ਲੱਭਦਾ ਨਹੀਂ ਨਜ਼ਾ ਨਾਨਕੀ ਚਲੇ ਜਾਂਦਾ, ਮੈਂ ਕਿਹਾ ਨਾਨਕਾ ਨੂੰ ਜੇ ਨਹੀਂ ਜਾਣਾ ਤਾਂ ਕਿਤਾਬਾਂ ਪੜ੍ਹੋ, ਸਵਾਦ ਫੇਰ ਆ ਗੀਤਕਾਰ ਮਗਲੀ ਉਮਰ ਛੱਡ ਦੇਵੇ, ਮੇਰੇ ਗੁਰੂ ਜੀ ਦੇਵ ਤਰੀਕੇ ਵਾਲੇ ਬਾਬੂ ਸਿੰਘ ਮਾਨ ਉਹਨਾਂ ਨੇ ਲੰਮਾ ਸਮਾਂ ਲਿਖਿਆ, ਉਹ ਦੋ ਹੀ ਲੋਕ ਹੀ ਉਹਨਾਂ ਨੂੰ ਮੰਨਦੇ ਆ ਵੀ ਲਿਖਾਰੀ ਆ, ਬਾਕੀ ਹੋਰ ਬਹੁਤ ਆਏ ਆ, ਜਦੋਂ ਪੜ੍ਹਨਾ ਹੀ ਨਹੀਂ ਤੁਹਾਡੇ ਕੋਲ ਅੰਦਰ ਗਿਆਨ ਹੈ ਨਹੀਂ ਗਾ, ਗਿਆਨ ਜਿੰਨਾ ਕੁ ਹੈਗਾ ਉਨੇ ਗੀਤ ਬਣ ਗਏ, ਗਿਆਨ ਨਾ ਦੀ ਨਾਲ ਹਾਸਲ ਕਰੋ, ਮੈਂ ਹਾਲੇ ਵੀ ਸਿੱਖਦਾ ਹਾਲੇ ਵੀ ਪੜ੍ਹਦਾ, ਔਰ ਮੈਨੂੰ ਲੱਗਦਾ ਵੀ ਗੀਤ ਰਿਕਾਰਡ ਚਾਹੇ ਹੁਣ 2-4 ਸਾਲ ਹੋਣ, ਪੜ੍ਹਨ ਦੀ ਐਡੀ ਬਿਮਾਰੀ ਆ ਮੈਨੂੰ, ਮੈਂ ਜਦ ਤੋਂ ਉਦੋਂ ਹੀ ਛੱਡੂ ਜਦੋਂ ਮੈਨੂੰ ਚੱਕ ਕੇ ਲੈ ਗਏ ਸਾਡੇ ਉਹ ਪਿਛਲੇ ਸਿਵੇ ਨੇ, ਵੀ ਚਲੋ ਬਈ ਸ਼ਹਿਰ ਤਾਂ ਗਿਆ ਚਲਾਉਣਾ ਕਰ ਗਿਆ, ਕਿਤਾਬਾਂ ਜ਼ਰੂਰ ਮੇਰੇ ਕੋਲ ਹੋਣਗੀਆਂ ਮੰਜੇ ਦੇ ਉੱਤੇ, ਜਦੋਂ ਮੈਂ ਬਿਮਾਰ ਵੀ ਹੋਇਆ ਮੁੰਡਾ ਬੈਠਾ ਸਾਹਮਣੇ ਮੇਰਾ, ਬਿਮਾਰ ਹੋ ਜਾਂਦਾ ਸੀ 2 ਮਹੀਨੇ 'ਚ, ਮੈਂ ਕਿਹਾ ਮੈਨੂੰ ਕਿਤਾਬਾਂ ਲਿਆ ਕਿਤੇ, ਇਹ ਮੈਨੂੰ ਕਹਿੰਦਾ ਮੈਂ 3 ਮਹੀਨੇ ਪਿਆ ਰਿਹਾ, ਮੈਨੂੰ ਕਹਿੰਦਾ ਕਿਤਾਬਾਂ ਤਾਂ ਬੁਕਿੰਗ ਆ ਜਿਹੜੀ ਤੂੰ ਕਹੀ ਜਾਂਦਾ ਬਾਜ਼ਾਰ 'ਚੋਂ ਕਿੰਨੀਆਂ ਕੁ ਲਿਆਵਾਂ, ਤੂੰ ਤਾਂ 24 ਘੰਟੇ 'ਚ ਕਿਤਾਬ ਪੜ੍ਹ ਦਿੰਦਾ, ਵੀ ਦੂਜੀ ਲਿਆ ਦੇ ਇਹਨੇ ਮੋਟੇ ਕਿਤਾਬਾਂ ਲਿਆਉਂਦੀਆਂ ਨੇ, ਇਹ ਲਿਆ ਕੇ ਥੱਕ ਗਿਆ, ਅਤੇ ਵੀ ਮੈਂ ਬਹਿ ਕੇ ਚੱਲ ਮੈਨੂੰ ਹੁਣ ਮੈਂ ਠੀਕ ਹੋ ਗਿਆ ਮੈਂ ਗੀਤ ਲਿਖ ਦੇਣਾ, ਜਾਣੀ ਉਹ ਜਾਂ ਗੀਤ ਲਿਖਾਂ ਜਾਂ ਪੜ੍ਹਾਂ, ਜਾਂ ਘਰੇ ਜੇ ਕੰਮ ਕਰਾਉਂਦੇ ਮੇਰੀ ਡਿਊਟੀ ਉਹ ਕਰਾਂ, ਹੋਰ ਮੇਰੇ ਕੋਲ ਕੋਈ ਟਾਈਮ ਨਹੀਂ, ਜਾਂ ਸੁਣਦਾ ਮੈਂ ਦਿਲ ਕਰੇ ਸੁਣਦਾ ਆਪਦੇ ਗੀਤਾਂ ਨੂੰ ਸੁਣਦਾ ਸੁਣ ਕੇ ਠੀਕ ਕਰਦਾ, ਮੇਰਾ ਸਾਰੀ ਉਮਰ ਰਹਿ ਗਈ ਆਹੀ ਕੰਮ ਆ, ਵੀ ਜਾਂ ਮੈਂ ਪੜ੍ਹਾਂ ਜਾਂ ਮੈਂ, ਜਦੋਂ ਮੈਂ ਮਯੂਸ ਹੁੰਦਾ ਨਾ ਪਰੇਸ਼ਾਨ ਟੈਨਸ਼ਨ ਸੁਣਨਾ, ਮੈਨੂੰ ਨਾ ਕੋਈ ਬੁਰਾ ਲੱਗਦਾ ਵਾ, ਕੋਈ ਇਹੀ ਜਿਹੀ ਪ੍ਰੋਬਲਮ ਹੋ ਜਾਂਦੀ ਹੈ ਘਰਾਂ 'ਚ ਆ ਜਾਂਦਾ, ਉਦੋਂ ਮੈਂ ਉਹ ਨਹੀਂ ਵੀ ਸ਼ਰਾਬ ਪੀ ਕੇ ਹਟ ਜਾਂਦੀ ਹੈ, ਉਹ ਨਹੀਂ ਵੀ ਮੈਂ ਕਿਤੇ ਉਹ ਚਲਿਆ ਗਿਆ ਸਾਧੂ ਸੰਤ ਬਣ ਗਿਆ ਖੇਤਿਆਂ 'ਚ ਆ ਕੇ ਬਹਿ ਗਿਆ, ਮੈਂ ਉੱਥੇ ਜਾ ਕੇ ਆਪਦੀ ਰਾਈਟਿੰਗ ਟੇਬਲ 'ਤੇ ਚਲੇ ਜਾਂਦਾ, ਕਲਮ ਚੱਕ ਲੈਣਾ ਗੀਤਾਂ 'ਚ ਧਿਆਨ ਲਾ ਦਿੰਦਾ, ਫਿਰ ਮੈਨੂੰ ਸਾਰਾ ਕੁਛ ਭੁੱਲ ਜਾਂਦਾ, ਸੈਰ ਸੋ ਸਿਕੰਦਰ ਹੀ ਬਣ ਜਾਂਦਾ, ਜਦੋਂ ਗੀਤ ਦੇ ਲਫ਼ਜ਼ ਆਉਂਦੇ ਉਹਨਾਂ ਨੂੰ ਘਾਣ ਲੱਗ ਜਾਂਦਾ, ਵਧੀਆ ਜਿਹੀ ਆਉਂਦੀ ਗੱਲ ਬੱਲੇ ਤੇਰੇ ਕੁੰਡਾ ਸਿਆ ਚੱਕ ਦੇ ਫਟੇ, ਐਂ ਕਹਿੰਦਾ ਮੈਂ ਉਸ ਵਾਲੇ ਦੁੱਖ ਚਾਰੇ ਭੁੱਲ ਜਾਂਦੇ ਆ, ਮੈਂ ਕਿਹਾ ਤਾਂ ਸਾਰਿਆਂ ਨੂੰ ਵਧੀਆ ਦਵਾਈ ਹੈ ਮੇਰੀ, ਉਹ ਮੇਰੀ ਰਾਈਟਿੰਗ ਟੇਬਲ 'ਤੇ ਜਾ ਕੇ ਮੈਨੂੰ ਖੁਸ਼ੀ ਮਿਲਦੀ। ਅੱਛਾ, ਤੁਹਾਡੀ ਕੋਈ ਸਭ ਤੋਂ ਪਿਆਰੀ ਰਚਨਾ ਜਿਹੜੀ ਤੁਹਾਡੇ ਦਿਲ ਦੇ ਬਹੁਤ ਨੇੜੇ ਹੋਵੇ ਅਤੇ ਆਪਣੇ ਦਰਸ਼ਕਾਂ ਨੂੰ ਜ਼ਰੂਰ ਇੱਕ ਵਾਰ ਉਹ ਬੋਲ ਜਿਹੜੇ ਆਪਣੇ ਲਫ਼ਜ਼ ਜ਼ਰੂਰ ਸਾਂਝੇ ਕਰੋ? ਰਚਨਾ ਤਾਂ ਗੀਤ ਸ਼ਾਇਰ ਨੂੰ ਕਹਿੰਦੇ, ਇਸ਼ਾਰੇ ਸ਼ਾਇਰ ਕਹਿੰਦੇ ਮੈਨੂੰ ਹੁੰਦੇ ਆ, ਵੈਸੇ ਸ਼ਾਇਰ ਦੇ ਪੁੱਤ ਧੀਆਂ ਹੀ ਹੁੰਦੇ ਆ ਉਹ ਗੀਤ,
ਪਰ ਇਵੇਂ ਹੁੰਦਾ ਵੀ ਉਹ ਵਿਚਾਰਿਆਂ ਦਾ ਖਿਹੜਾ ਛੱਡਦਾ ਹੁਣ ਜਿਹੜੇ ਨਹੀਂ ਰਿਕਾਰਡ ਹੋਏ ਅਤੇ ਜਿਹੜੇ ਰਿਕਾਰਡ ਹੋਈ ਜਾਂਦੇ ਉਹ ਮੈਨੂੰ ਪਿਆਰੇ ਲੱਗੀ ਜਾਂਦੇ ਆ ਕਿਉਂਕਿ ਕੁਛ ਨਾ ਕੁਛ ਕਰਕੇ ਦਿਖਾਉਂਦੇ ਗੀਤ ਬੜੇ ਨੇ ਪਰ ਬਾਹਰਸ ਨੇ ਇੱਕ ਗੀਤ ਗਾਇਆ ਸੀ ਚੀਨਾ ਜੱਟ ਦਾ ਉਹ ਆਸ ਘਰ 'ਚ ਬੈਠੇ ਆਪਾਂ ਘਰ ਦੀ ਗੱਲ ਹੀ ਹੈ ਮੇਰੇ ਘਰੇ ਜੋ ਮੱਝਾਂ ਰੱਖੀਆਂ ਹੋਈਆਂ ਜੋ ਮੇਰੇ ਘਰੇ ਬੁਲੀ ਕੁੱਤਾ ਰੱਖਿਆ ਹੋਇਆ ਪਾਣੀ ਵਾਲੀ ਟੈਂਕੀ 'ਤੇ ਬਾਜ ਬਣਿਆ ਹੋਇਆ ਵਾ ਉਹ ਸਾਰੀਆਂ ਗੱਲਾਂ ਮੈਂ ਬਿਆਨ ਕੀਤੀਆਂ ਮੈਂ ਲਿਖੀਆਂ ਅਤੇ ਕਮਲ ਹੀਰ ਇੱਥੇ ਆਇਆ ਸੀ ਜਦੋਂ ਘਰ ਪੈਂਦਾ ਸੀ ਉਹ ਕਹਿੰਦਾ ਅੰਕਲ ਤੂੰ ਕਹਿੰਦਾ ਮੈਂ ਇੱਕ ਬਾਜ ਬਣਾਉਣਾ ਹੁਣ ਬਾਜ ਤਾਂ ਬਣਾਉਣਾ ਗੀਤ ਵੀ ਲਿਖ ਮੈਂ ਕਿਹਾ ਵੀ ਲਿਖੂੰਗਾ ਅਤੇ ਉਹਦੇ ਮੂਹਰੇ ਸ਼ੇਰ ਸੀ ਇੱਕ ਬੱਲੇ ਬੱਲੇ ਹੋ ਜਾਂਦੀ ਇੱਕ ਦਿਨ ਉਸ ਦੀ ਕੰਮ ਬੱਲੇ ਬੱਲੇ ਵਾਲਾ ਕਰ ਜੋ ਦਿਖਾਉਂਦਾ ਧੜੇਬਾਜ਼ੀ ਹੋਣ ਨਹੀਂ ਦਿੰਦਾ ਵਿੱਚ ਪਿੰਡ ਦੇ ਰੁੱਸੇ ਹੋਏ ਯਾਰਾਂ ਦੀਆਂ ਜਫੀਆਂ ਪਵਾਉਂਦਾ ਕੁੰਡਾ ਧਾਲੀਵਾਲ ਕਹਿੰਦਾ ਚਮਕੇ ਧਰੂ ਵਾਂਗੂ ਨਾਮ ਨਾਮ ਪਿੰਡ ਆਪਣੇ ਦਾ ਇੰਜ ਚਮਕਾਉਂਦਾ ਹੁੰਦਾ ਹੈ ਸਰੀਕ ਦੁੱਖ ਸੁੱਖ ਵਿੱਚ ਸਭ ਦੇ ਥਾਪੀ ਦੇ ਕੇ ਮਾੜੇ ਦਾ ਵੀ ਹੌਂਸਲਾ ਵਧਾਉਂਦਾ ਹੈ ਕੁੰਡਾ ਧਾਲੀਵਾਲ ਕਹਿੰਦਾ ਚਮਕੇ ਧਰੂ ਵਾਂਗੂ ਨਾਮ ਪਿੰਡ ਆਪਣੇ ਦਾ ਇਉਂ ਚਮਕਾਉਂਦਾ ਇਹ ਮੂਹਰੇ ਸ਼ੇਰ ਸੀਗਾ ਉਹ ਜਿਹੋ ਜਿਹੇ ਵਿਚਾਰ ਉਹੋ ਜਿਹੇ ਲਿਖਦਾ ਹੁੰਦਾ ਅਤੇ ਉਹਦੇ 'ਚ ਗੱਲ ਸਟਾਰਟਿੰਗ ਸੀ ਪਿੰਡੋਂ ਬਾਹਰ ਫਿਰਨੀ ਅਤੇ ਟੌਹਰੀ ਘਰ ਪਾ ਲਿਆ ਪਾਣੀ ਦੀ ਟਾਂਕੀ 'ਤੇ ਬਾਜ ਉੱਡਦਾ ਬਣਾ ਲਿਆ ਥੱਲੇ ਏ ਸੀ ਨੋਵਾ ਕਾਲੀ ਮੋਢੇ ਛੋਟੀ ਨਾਲ ਵਾਲੀ ਵਿਹੜੇ ਫਾਰਮਰ ਟਰੈਕ ਨਵਾਂ ਖੜਦਾ ਚੀਨਾ ਜੱਟ ਦਾ ਬਨੇਰੇ 'ਤੇ ਗੋਟ ਰਗੂੰ ਕਰਦਾ ਗੋਟ ਰਗੂੰ ਕਰਦਾ ਉਹ ਚੀਨੇ ਫੁੱਟੇ 'ਚ ਦੇਖ ਲਾ ਪੂਰੇ ਬੱਚੇ ਰੱਖੇ ਹੋਏ ਆ ਉਹ ਉਹਨਾਂ ਨੂੰ ਦੇਖ ਕੇ ਖਿਆਲ ਆਇਆ ਵਾ ਅਤੇ ਉਹਦੇ 'ਤੇ ਫਿਰ ਮੈਂ ਕੁੰਡਾ ਧਾਲੀਵਾਲ ਖੀਰੀ ਕੁੰਡਾ ਧਾਲੀਵਾਲ ਹੁਣ ਢੋਲੇ ਦੀਆਂ ਲਾਂਭਦਾ ਸਿਰ ਕੱਢ ਸ਼ਹਿਰ ਚੌਕੀ ਮਨ ਦਾ ਘਾਮਦਾ ਉਹ 'ਚ ਲਿਖਿਆ ਸੀ ਬਾਹਰਸ ਦੇ ਖਾੜਿਆਂ 'ਤੇ ਯਾਰਾਂ ਨਾਲ ਬਾਹਰਸ ਦੇ ਖਾੜਿਆਂ 'ਤੇ ਜਾਮਦਾ ਰਹਿੰਦਾ ਹੁਸ਼ਿਆਰ ਪੂਰਾ ਬੋਲੀ ਰੱਖੇ ਇੱਕ ਦੂਰਾ ਸ਼ੱਕੀ ਬੰਦੇ ਨੂੰ ਜੋ ਗਿੱਟੇ ਕੋਲੋਂ ਫੜਦਾ ਚੀਨਾ ਜੱਟ ਦਾ ਬਨੇਰੇ 'ਤੇ ਗੋਟ ਰਗੂੰ ਕਰਦਾ ਗੋਟ ਰਗੂੰ ਕਰਦਾ ਇੱਥੇ ਲੋਕ ਵੀ ਆਉਂਦੇ ਕਹਿੰਦੇ ਯਾਰ ਗਿੱਟੇ ਕੋਲੋਂ ਫੜ ਲੈਂਦਾ ਤੇਰਾ ਕੁੱਤਾ ਇਹਨੂੰ ਬੰਨਿਆ ਹੋਇਆ ਵਾ ਮੈਂ ਕਿਹਾ ਉਹਦਾ ਗੀਤ ਲਿਖਿਆ ਵਾ ਉਹ ਮੈਨੂੰ ਜਿਹੜੀ ਚੀਜ਼ ਤੋਂ ਲਿਖੀ ਨਾ ਘਰੋਂ ਦੇਖ ਕੇ ਉਹ ਮੈਨੂੰ ਬਹੁਤ ਚੰਗੀ ਲੱਗੀ ਹੈ ਵੀ ਮੈਂ ਆਪਦੀ ਘਰ ਦੀ ਗੱਲ ਲੱਗਦਾ ਆਪਦੀ ਘਰ ਦੀ ਤਾਰੀਫ ਕਰੀ ਜਾਂਦੇ ਸੀ ਕਿ ਸੁਣਨੀ ਹੈ ਮੈਨੂੰ ਲੱਗਦਾ ਵੀ ਸੀ ਪਰ ਉਹ ਲੋਕ ਕਹਿੰਦੇ ਅੰਕਲ ਇਹ ਬਹੁਤ ਹੀ ਵਧੀਆ ਚੀਜ਼ ਹੈ ਸਾਨੂੰ ਉਹ ਲੱਗਦਾ ਵੀ ਤੁਸੀਂ ਤਾਂ ਸਾਰਿਆਂ ਦੇ ਰੱਖੇ ਹੋਏ ਆ ਵਧੀਆ ਉਹ ਮੇਰੀ ਕਾਮਯਾਬ ਚੀਜ਼ ਹੈ ਗੀਤ ਤਾਂ ਵੀ ਸਾਰੇ ਵਧੀਆ ਇਹ ਠੀਕ ਹੈ ਮੈਨੂੰ ਸੋ ਧਾਲੀਵਾਲ ਸਾਹਿਬ ਤੁਸੀਂ newsnumber.com ਨੂੰ ਆਪਣਾ ਟਾਈਮ ਦਿੱਤਾ ਸਾਡੇ ਨਾਲ ਅੱਜ ਕੀਤੀਆਂ ਬਹੁਤ ਵਧੀਆ ਗੱਲਾਂ ਸੀ ਸਾਨੂੰ ਬੜਾ ਚੰਗਾ ਲੱਗਾ ਤੁਹਾਨੂੰ ਮਿਲ ਕੇ ਉਮੀਦ ਹੈ ਤੁਸੀਂ ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਦੀ ਇਹ ਡਟ ਕੇ ਸੇਵਾ ਕਰਦੇ ਰਹੋਗੇ ਪਰਮਾਤਮਾ ਤੁਹਾਡੇ 'ਤੇ ਹੋਰ ਕਿਰਪਾ ਕਰਨ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਤੁਹਾਡਾ ਬਿੱਟੂ ਚੱਕ ਵਾਲੇ ਦਾ ਬਾਹਲਾ ਧੰਨਵਾਦ ਜਿਹੜੇ ਚਾਰ ਮੁੰਡੇ ਆਏ ਆ ਇੰਨਾ ਚਿਰ ਹਵਾ ਵਗਦੀ ਹੈ ਕੈਮਰਿਆਂ ਦੇ ਆਲੇ ਦੁਆਲੇ ਹੋਏ ਆ ਇਹਨਾਂ ਦਾ ਵੀ ਬਹੁਤ ਧੰਨਵਾਦ ਲਿਖਣ ਵਾਲੀ ਗੱਲ ਆ ਲਿਖਣ ਨੂੰ ਤਾਂ ਮੈਨੂੰ ਜਨੂੰਨ ਆ ਇਉਂ ਨਹੀਂ ਹੋ ਸਕਦਾ ਵੀ ਮੈਂ ਗੀਤ 2 ਸਾਲ ਗਾਵਾਂ ਗਾਉਣ ਵਾਲੇ ਭਲਾ ਜਵਾਬ ਦੇ ਦੇਣ ਗੀਤ ਤਾਂ ਮੇਰੇ ਕੋਲ ਇੰਨੇ ਆ ਪੰਜਾਬ ਦੇ ਸਾਰੇ ਮੁੰਡੇ ਕੁੜੀਆਂ ਨੂੰ ਗੈਟ ਸੁਪਰ ਹਿੱਟ ਗੀਤ ਗਾਉਣੇ ਆ ਮੈਂ ਸਾਰਿਆਂ ਨੂੰ ਜਿੱਥੇ ਮੇਰੀ ਜ਼ਿੰਦਗੀ ਹੈ ਮੈਂ ਮੁੱਕਣ ਨਹੀਂ ਦਿੰਦਾ ਸਾਰੇ ਗਾ ਲੈਣ ਜੇ ਚਾਹੁਣ ਵੀ ਇੱਕ ਮਹੀਨੇ 'ਚ 100 ਗੀਤ 1200 ਗੀਤ ਸਾਲ 'ਚ ਰਿਕਾਰਡ ਕਰਨਾ ਮੇਰੇ ਕੋਲ ਸੁਪਰ ਹਿੱਟ ਤਿਆਰ ਪਿਆ ਵਾ ਜਦੋਂ ਮਰਜ਼ੀ ਗਾ ਲੈਣ ਔਰ ਉਹ ਨਹੀਂ ਕਹਿੰਦਾ ਕਿਸੇ ਨੂੰ ਇੰਨੇ ਪੈਸੇ ਦੇ ਕੇ ਜਾ ਮੈਂ ਚਾਹੁੰਦਾ ਵੀ ਮੇਰੀ ਕਲਾ ਪੰਜਾਬ ਦੇ ਵਿੱਚ ਚੱਲੇ ਮੇਰੀ ਕੋਸ਼ਿਸ਼ ਸੀ ਵੀ 10-12 ਮੁੰਡੇ 5-7 ਕੁੜੀਆਂ ਮੇਰੇ ਬਣਾਏ ਹੋਣ ਸਟਾਰ ਉਹ ਨਾ ਜਦੋਂ ਮੈਂ ਬਜ਼ੁਰਗ ਹੋ ਜਾਂ ਫਿਰ ਉਹ ਲੋਕ ਕਹਿਣ ਵੀ ਤੇਰੇ ਬਣਾਏ ਚੱਲਦੇ ਆ ਮੇਰਾ ਨਾਂ ਲੈਣ ਮੈਂ ਇਹ ਏਮ ਲੈ ਕੇ ਚੱਲਿਆ ਹਾਂ ਇਉਂ ਨਹੀਂ ਹੈ ਵੀ ਮੇਰੇ ਕੋਲ ਆਇਆ ਮਾੜੀ ਆਵਾਜ਼ ਨੂੰ ਦਿੰਦਾ ਨਹੀਂ ਹੈ ਇਉਂ ਨਹੀਂ ਵਧੀਆ ਆਵਾਜ਼ ਨੂੰ ਮੈਂ ਪੈਸੇ ਦੀ ਖਾਤਰ ਮੋੜਦੇ ਆ ਇਉਂ ਕਦੇ ਨਹੀਂ ਕਿਸੇ ਨੂੰ ਮੋੜਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਜਵਾਨੋ ਸ਼ਾਬਾਸ਼ ਅਤੇ ਜੇ ਮਾਲਕ ਦਾ ਜਿੰਨਾ ਚਿਰ ਚੱਲਦੀ ਹੈ ਸਵਾਸਾਂ ਦੀ ਡੋਰ ਉਹਨਾਂ ਚਿਰ ਆਪਾਂ ਕੋਸ਼ਿਸ਼ ਕਰੂਗੀ ਸ਼ਹਿਰ ਦੀ ਵੀ ਮੇਰੀ ਕਲਮ ਕਾਗਜ਼ ਦੀ ਹਿੱਕ 'ਤੇ ਨਾਈਆਂ ਦੀ ਕਾਟੋ ਵਾਂਗੂ ਛੜੱਪੇ ਮਾਰਦੀ ਰਹੇ ਔਰ ਮਾਰਦੀ ਰਹੂ